ਕੁਝ ਬਲੀਫ ਸਿਸਟਮ ਸਾਡੇ এনवायरमेंट ਚ ਆਉਂਦੇ ਸੋਸਾਇਟੀ ਚ ਆਉਂਦੇ ਕੁਝ ਇਹੋ ਜਿਹੇ ਬਲੀਫ ਸਿਸਟਮ ਹੈ ਜਿਹੜੇ ਸਾਨੂੰ ਡਰਾ ਡਰਾ ਕੇ ਨਾ ਸਿੱਧੇ ਵਾਸਤੇ ਰੱਖਣ ਵਾਸਤੇ ਸਾਨੂੰ ਪਤਾ ਹੁੰਦਾ ਹੈ ਕਿ ਇਹ ਬਲੀਫ ਸਿਸਟਮ ਠੀਕ ਨਹੀਂ ਹੈਗੇ ਪਰ ਸਾਨੂੰ ਇੱਕ ਬਲੀਫ ਸਿਸਟਮ ਸਾਡੇ ਅੰਦਰ ਹੈ ਕਿ ਕਿਸੇ ਨੂੰ ਸਿੱਧੇ ਰਸਤੇ ਪਾਣਾ ਨਾ ਤਾਂ ਉਹਨੂੰ ਡਰਾ ਕੇ ਪਾਓ ਅਸੀਂ ਇਸ ਚੀਜ਼ 'ਚ ਬੜਾ ਘੱਟ ਬਲੀਵ ਕਰਦੇ ਹਾਂ ਕਿ ਕਿਸੇ ਨੂੰ ਇਨਫਲੂਐਂਸ ਕਰੋ ਕਿਸੇ ਨੂੰ ਪ੍ਰਭਾਵਿਤ ਕਰੋ ਕਿਸੇ ਸਾਹਮਣੇ ਕੋਈ ਪਿਕਚਰ ਆਫ ਗੁਡਨੈਸ ਰੱਖੋ ਉਸ ਚੀਜ਼ ਵਾਸਤੇ ਅਟਰੈਕਟ ਹੋਏ ਅਸੀਂ ਹਰ ਸ਼ਾਰਟਕਟ ਵਰਤਨੇ ਆ ਨਾ ਜੇ ਇਹ ਨਾ ਕੀਤਾ ਤੇ ਇਹ ਮਾਰੇਗਾ ਜੇ ਇਹ ਨਾ ਕੀਤਾ ਬਾਬਾ ਜੀ ਇਹ ਕਰਨਗੇ ਫਿਰ ਤੁਹਾਨੂੰ ਰੱਬ ਸਜ਼ਾ ਦੇਗਾ ਹੈ ਨਾ ਹੈਗੀ ਤਾਂ ਬਲੀਫ ਸਿਸਟਮ ਹੈ ਰੱਬ ਥੋੜੀ ਸਜ਼ਾ ਦੇਗਾ ਪਰ ਆਪਾਂ ਬਲੀਫ ਸਿਸਟਮ ਉਹ ਬੱਚਿਆਂ ਦੇ ਮਨ ਚ ਪਾਏ ਹੈ ਇਹ ਬਲੀਫ ਸਿਸਟਮ ਫਿਰ ਨਾ ਮੈਂ ਦੇਖਦਾ ਇਹਦੇ ਨਾਲ ਆਬਸੈਸ਼ਨਸ ਬੜੀਆਂ ਪੈਦਾ ਹੁੰਦੀਆਂ ਤੁਸੀਂ ਦੇਖਿਆ ਨਾ ਛੋਟੇ ਹੁੰਦੇ ਆ ਵਹਿਮ ਪੈਦਾ ਹੋ ਜਾਂਦੇ ਆ ਐਡਿਕਸ਼ਨ ਆਫ ਥਾਟਸ ਹੈ ਸੋਚਾਂ ਦੀ ਐਡਿਕਸ਼ਨ ਹੈ ਸੋਚਾਂ ਸਾਡੇ ਮਨ 'ਚ ਆਈ ਜਾਂਦੀਆਂ ਇੰਟਰੂਡ ਕਰੀ ਜਾਂਦੀਆਂ ਐ ਐਂਡ ਤੁਹਾਨੂੰ ਪਤਾ ਹੁੰਦਾ ਕਿ ਬੇਫਜ਼ੂਲ ਸੋਚਾਂ ਆਈਆਂ ਪਰ ਤੁਸੀਂ ਉਹਨੂੰ ਰੋਕ ਨਹੀਂ ਪਾਉਂਦੇ ਇਹ ਐਡਿਕਸ਼ਨ ਆਫ ਥਾਟਸ ਹੋ ਗਈ ਐਡਿਕਸ਼ਨ ਆਫ ਬਿਹੇਵੀਅਰ ਬੜਾ ਐ ਅਸੀਂ ਕਈ ਰਿਚੂਅਲਸ ਕਰੀ ਜਾਂਦੇ ਹਾਂ ਹੱਥ ਜੋੜੇ ਜਾਂਦੇ ਹਾਂ ਮੱਥੇ ਟੇਕੀ ਜਾਂਦੇ ਹਾਂ ਜਿੱਥੇ ਕੋਈ ਜਗ੍ਹਾ ਆਉਂਦੀ ਉੱਥੇ ਹੀ ਮੱਥਾ ਟੇਕਣਾ ਸ਼ੁਰੂ ਕਰ ਦਿੰਦੇ ਹਾਂ ਸਾਨੂੰ ਇਹ ਡਰ ਲੱਗਦਾ ਜੇ ਕਿਤੇ ਮੱਥਾ ਨਾ ਟੇਕਿਆ ਗਿਆ ਤੇ ਕੋਈ ਨੁਕਸਾਨ ਨਾ ਹੋ ਜਾਵੇ ਫਿਰ ਸਾਡੇ ਹੋਰ ਬੜੇ ਇਸ ਤਰ੍ਹਾਂ ਦੇ ਨਾ ਸੋਚਾਂ ਸਾਡੇ ਦਿਮਾਗ 'ਚ ਵੱਧਦੀ ਰਹਿੰਦੀ ਹੈ ਸਫਾਈ ਨੂੰ ਲੈ ਕੇ ਕਈ ਵਾਰੀ ਸਾਡੇ ਕਿਸੇ ਬਿਹੇਵੀਅਰ ਨੂੰ ਲੈ ਕੇ ਚੈਕਿੰਗ ਬਿਹੇਵੀਅਰ ਨੂੰ ਲੈ ਕੇ ਅਸੀਂ ਬੈਂਕ 'ਚ ਪੈਸੇ ਜਮ੍ਹਾਂ ਕਰਾਉਣ ਜਾਂਦੇ ਆਂ ਭਾ ਲੈ ਇੱਕ ਵਾਰੀ ਗਿਣਦੇ ਆਂ ਫਿਰ ਦੂਜੀ ਵਾਰੀ ਗਿਣਦੇ ਆਂ ਫਿਰ ਤੀਸਰੀ ਵਾਰੀ ਫਿਰ ਉਹ ਕੈਸ਼ੀਅਰ ਕੋਹਾੜ ਕੇ ਇੱਕ ਵਾਰੀ ਤੂੰ ਫੜਾ ਜਰਾ ਮੈਂ ਇੱਕ ਵਾਰੀ ਹੋਰ ਚੈੱਕ ਕਰਨਾ ਮੈਨੂੰ ਲੱਗਦਾ ਵੱਧ ਦਿੱਤੇਗੇ ਅਸੀਂ ਉਹ ਚੈੱਕ ਕਰਦੇ ਆਂ ਹੈਗੀਆਂ ਤੇ ਦੇਖੋ ਆਬਸੈਸ਼ਨਸ ਹੀ ਹੈ ਨਾ ਵਹਿਮ ਹੈਗੇ ਫਿਰ ਸਾਡੇ ਸਫਾਈ ਨੂੰ ਲੈ ਕੇ ਬੜੇ ਵਹਿਮ ਹੈ ਫਿਰ ਸਾਨੂੰ ਹਰ ਵੇਲੇ ਵਹਿਮ ਰਹਿੰਦਾ ਅੱਛਾ ਬੱਚਾ ਬਾਹਰ ਗਿਆ ਹੈ ਕੁਝ ਹੋ ਨਾ ਜਾਏ ਆ ਉੱਥੇ ਗਿਆ ਹੈ ਰਸਤੇ 'ਚ ਐ ਨਾ ਹੋ ਜੇ ਚਾਰ ਵਾਰੀ ਪੰਜ ਵਾਰੀ ਫੋਨ ਕਰਕੇ ਕਨਫਰਮ ਕਰਨਾ ਬੰਦਾ ਕਿੱਥੇ ਪਹੁੰਚਿਆ ਕਿੱਥੋਂ ਚੱਲਿਆ ਕਿੱਥੇ ਚੱਲਿਆ ਹਰ ਵੇਲੇ ਇੱਕ ਫੀਅਰ ਦਾ ਐਟਮੋਸਫੇਅਰ ਪਰਪੇਲ ਕਰਦਾ ਰਹਿੰਦਾ ਫਿਰ ਸਾਨੂੰ ਇਹ ਜਦੋਂ ਇਹ ਨਾ ਹੈਗੇ ਦੇਖੋ ਬਲੀਫ ਸਿਸਟਮ ਨਾਲ ਜੁੜੇ ਹੈ ਕਿਉਂਕਿ ਛੋਟੇ ਹੁੰਦੇ ਆ ਤਾਂ ਸਾਨੂੰ ਇਹ ਸਿਕਾਇਆ ਗਿਆ ਕਿ ਜਦੋਂ ਤੁਸੀਂ ਬਾਹਰ ਜਾਓਗੇ ਬਾਹਰ ਖਤਰਾ ਹੈਗਾ ਬਾਰ ਖਤਰਾ ਇਹਦਾ ਮਤਲਬ ਤੁਸੀਂ ਜਦੋਂ ਬਾਹਰ ਜਾਣ ਤੋਂ ਡਰਾਉਣਾ ਕਿਸੇ ਨੂੰ ਤਾਂ ਤੁਸੀਂ ਕਹਿੰਦੇ ਹੋ ਬਾਹਰ ਹੈਗਾ ਭੂਤ ਪ੍ਰੇਤ ਹੈ ਜਾਂ ਕੋਈ ਮਤਲਬ ਚੋਰ ڈاکੂ ਕਹਿ ਦੇਣਾ ਜਾਂ ਕੁਝ ਵੀ ਕਹਿ ਦੇਣਾ ਉਹ ਹੁਣ ਅੱਜ ਕੱਲ ਉਹ ਫਰਕ ਹੋਇਆ ਕਿ ਬਾਹਰ ਨਹੀਂ ਜਾਣ ਦੇਣਾ ਬੱਚੇ ਨੂੰ ਬਾਹਰ ਡਰਗਸ ਹੈਗੇ ਨਾ ਬਾਹਰ ਨਸ਼ਾ ਹੈਗਾ ਅੱਛਾ ਹੁਣ ਇਹ ਦੱਸੋ ਇਹ ਸੋਲੂਸ਼ਨ ਥੋੜੀ ਹੈ ਬੱਚੇ ਨੂੰ ਤੁਸੀਂ ਬਾਹਰ ਨਹੀਂ ਜਾਣ ਦੇਣਾ ਕਿਉਂਕਿ ਬਾਹਰ ਨਸ਼ਾ ਬੜਾ ਹੈ ਤੁਸੀਂ ਰੋਕ ਸਕਦੇ ਹੋ ਕਿਸੇ ਨੂੰ ਨਹੀਂ ਰੋਕ ਸਕਦੇ ਕਿੰਨੀ ਦੇ ਰੋਕਾਂਗੇ ਅਸਲ 'ਚ ਇਹ ਮੈਂ ਮੈਂ ਅਸਲ ਜੋ ਹੋ ਕੀ ਰਿਹਾ ਹੈ ਕਿ ਇਹ ਨਵੇਂ ਤਰ੍ਹਾਂ ਦੇ ਜਿਹੜੇ ਬਿਲੀਫ ਸਿਸਟਮ ਹੈ ਨਾ ਪੈਦਾ ਹੋ ਰਿਹਾ ਹੈ ਉੱਥੇ ਨਾ ਜਾਈ ਉੱਥੇ ਆ ਹੋ ਜਾਏਗਾ ਇੱਥੇ ਨਾ ਜਾਈ ਇੱਥੇ ਆ ਹੋ ਜਾਏਗਾ ਜਾਚਣਾ ਸਫਰ ਕਰੀਂ ਜਾਜ ਡਿਕ ਪੈਂਦੇ ਹੁੰਦੇ ਆ ਮੈਂ ਤੁਹਾਨੂੰ ਦੇਖੋ ਨਾ ਅਸੀਂ ਆਪ ਹੀ ਬਣਾਏ ਪਿਆ ਉਹ ਫੇ ਬੰਦਾ ਵਿਚਾਰਾ ਬੱਚਾ ਘਬਰਾ ਘਬਰਾ ਕੇ ਵੱਡਾ ਹੁੰਦਾ ਜੇ ਤੂੰ ਫੇਲ ਹੋ ਗਿਆ ਨਾ ਤੇਰਾ ਫਿਰ ਐ ਕਰਾਂਗੇ ਉਹ ਬੱਚਾ ਕਹਿੰਦਾ ਯਾਰ ਮੈਂ ਐਗਜ਼ਾਮ ਦਊਂਗਾ ਤੇ ਜੇ ਮੈਂ ਫੇਲ ਹੋ ਗਿਆ ਤੇ ਫਿਰ ਐਡਾ ਵੱਡਾ ਪੰਗਾ ਪਏਗਾ ਤੇ ਚਲੋ ਛੱਡੋ ਪੜ੍ਹਾਈ ਤੋਂ ਹੀ ਉਹਦੀ ਨਫ਼ਰਤ ਸ਼ੁਰੂ ਹੋ ਜਾਂਦੀ ਹੈ ਫਿਰ ਸਾਡੇ ਬਹੁਤ ਸਾਰੇ ਬੱਚੇ ਤੇ ਐਗਜ਼ਾਮ ਤੋਂ ਬੜੇ ਡਰਦੇ ਆ ਐਗਜ਼ਾਮੀਨੇਸ਼ਨ ਸਟ्रेस ਅੱਜ ਕੱਲ ਬੜਾ ਵੱਡਾ ਮੁੱਦਾ ਬਣਿਆ ਹੋਇਆ ਹੈ ਬੱਚੇ ਇਸ ਗੱਲ ਤੋਂ ਹੀ ਡਰਦੇ ਜਾਂ ਕੇ ਐਗਜ਼ਾਮ 'ਚ ਬੈਠਾਂਗੇ ਜੇ ਨੰਬਰ ਨਾ ਚੰਗੇ ਆਏ ਤੇ ਫਿਰ ਸ਼ਰਮਿੰਦਗੀ ਬੜੀ ਹੋਏਗੀ ਫਿਰ ਸਾਰੇ ਸ਼ਰਮਸਾਰ ਕਰਨਗੇ ਚਲੋ ਜੀ ਐਗਜ਼ਾਮ ਦੇ ਹੀ ਨਾ ਜਾਓ ਫਿਰ ਅੱਛਾ ਸਿਸਟਮ ਨੂੰ ਨਾ ਪ੍ਰਮੋਟ ਬੜੇ ਦੁਨੀਆ ਕਰਦੀ ਹੈ ਕਰ ਚੋ ਲੋਕ ਕਹਿ ਕੇ ਭੇਜਦੇ ਆ ਜੇ ਪਾਸ ਨਾ ਨਾ ਹੋਏ ਤੇ ਘਰ ਨਾ ਆਈ ਮੇਰੂ ਆਪਣੀ ਸ਼ਕਲ ਨਾ ਦਿਖਾਈ ਜਿਸੋਂ ਤੁਸੀਂ ਗੱਲ ਕਹਿਣ ਵਾਲੀ ਹੈ ਕਿ ਕੋਈ ਬੱਚਾ ਜਾਣ ਕੇ ਥੋੜੀ ਫੇਲ ਹੁੰਦਾ ਕੋਈ ਬੱਚੇ ਦੀ ਕੋਈ ਨਾ ਕੋਈ ਕਪੈਸਿਟੀ ਘਟਾ ਹੈ ਕੋਈ ਨਾ ਕੋਈ ਕੋਈ ਚੀਜ਼ ਹੋਏਗੀ ਡਿਸਟਰੈਕਟਡ ਹੋਏਗਾ ਏਡੀਡੀ ਹੋਏਗਾ ਜਾਂ ਬੱਚੇ ਦੀ ਲਰਨਿੰਗ ਡਿਸੇਬਿਲਟੀ ਹੋਏਗੀ ਜਾਂ ਬੱਚੇ ਦੇ ਵਿੱਚ ਕੋਈ ਵੈਸੇ ਹੀ ਹਾਲ ਇੰਟਰਸਟ ਨਹੀਂ ਪੂਰਾ ਪੈਦਾ ਹੋ ਸਕਿਆ ਹੋਏਗਾ ਜਾਂ ਦੀ ਕਨਸੈਂਟਰੇਸ਼ਨ ਘਟ ਹੋਏਗੀ ਉਹਨੂੰ ਕਹਿਣਾ ਜੇ ਤੂੰ ਆਇਆ ਨਾ ਫਿਰ ਦੇਖੀ ਉਹਨੂੰ ਬੱਚਾ ਕੀ ਕਰੇਗਾ ਬੱਚਾ ਕਿਤੇ ਨਾ ਕਿਤੇ ਸਕੀਪ ਕਰਨ ਦੀ ਕੋਸ਼ਿਸ਼ ਕਰੇਗਾ ਫਿਰ ਬੱਚਾ ਬਾਹਰ ਜਾ ਕੇ ਵੀ ਸ਼ਰਮਿੰਦਗੀ ਮਹਿਸੂਸ ਕਰੇਗਾ ਕਿਸੇ ਨਾਲ ਗੱਲ ਨਹੀਂ ਕਰ ਪਾਏਗਾ ਖਾਸ ਕਰਕੇ ਮੈਂ ਬਹੁਤ سارے ਬੱਚੇ ਦੇਖੇ ਆ ਉਹ 10-10 ਸਾਲ 15-15 ਸਾਲ ਆਪਣੇ ਫਰੈਂਡਸ ਨਾਲ ਗੱਲ ਨਹੀਂ ਕਰ ਪਾਉਂਦੇ ਖਾਸ ਕਰਕੇ ਆਪੋਜ਼ਿਟ ਜੈਂਟਰ ਨਾਲ ਗੱਲ ਕਰਨੀ ਤੇ ਬਹੁਤ ਹੀ ਵੱਡਾ ਸਾਡਾ ਟੈਬੂ ਹੈ ਲੜਕੀ ਨਾਲ ਗੱਲ ਨਹੀਂ ਕਰਨੀ ਲੜਕੀ ਨੇ ਲੜਕੇ ਨਾਲ ਗੱਲ ਨਹੀਂ ਕਰਨੀ ਉਹਦਾ ਰਿਜ਼ਲਟ ਦੇਖੋ ਬਾਅਦ ਚ ਕੀ ਹੁੰਦਾ ਹੈ ਹੈਨਾ ਤੁਸੀਂ ਪਹਿਲਾਂ 15 ਸਾਲ 20 ਸਾਲ ਇੱਕ ਇੱਕ ਇਨਸਾਨ ਨੂੰ ਰੋਕ ਕੇ ਰੱਖਦੇ ਤੂੰ ਗੱਲ ਨਹੀਂ ਕਰਨੀ ਉਹਨੂੰ ਇਹ ਡਰ ਲੱਗਦਾ ਕਿ ਜੇ ਤੂੰ ਗੱਲ ਕੀਤੀ ਅਗਲੇ ਨੇ ਤੈਨੂੰ ਰਿਜੈਕਟ ਕਰਤਾ ਤੇ ਫਿਰ ਤੇਰੀ ਸ਼ਰਮ ਨਾਲ ਉਸ ਸ਼ਰਮ ਤੋਂ ਬਚਾਉਂਦੇ ਬਚਾਉਂਦੇ ਅਸੀਂ ਆਪਣੇ ਬੱਚਿਆਂ ਨੂੰ ਨਾ ਬੜੀ ਪਕੜ ਪਕੜ ਕੇ ਕੰਟਰੋਲਿੰਗ এনवायरमेंट ਚ ਪਾ ਕੇ ਰੱਖਦੇ ਹਾਂ ਡਰਾ ਕੇ ਰੱਖਦੇ ਹਾਂ ਉਸ ਡਰ ਦਾ ਕਾਰਨ ਕੀ ਹੋਇਆ ਕਿ ਸਾਡੇ ਅੰਦਰ ਬੜੇ ਤਰ੍ਹਾਂ ਦੇ ਵਹਿਮ ਪੈਦਾ ਹੋ ਗਏ ਉਸ ਜਿਹੜਾ ਡਰ ਹੈ ਨਾ ਉਹ ਹੈ ਸਾਨੂੰ ਕਿਤੇ ਨਾ ਕਿਤੇ ਪਰਫੈਕਸ਼ਨਿਜ਼ਮ ਵਾਰ ਫੇਲਰ ਟੁੱਟਾਰ ਲੋਕੀ ਰਿਜੈਕਟ ਕਰ ਦੇਣਗੇ ਲੋਕੀ ਮੇਰੇ ਬਾਰੇ ਕੀ ਸੋਚਣਗੇ ਅਸੀਂ ਦੇਖੋ ਆਪਣੀ ਜ਼ਿੰਦਗੀ ਜਿੰਦੇ ਹੀ ਨਹੀਂ ਪਏ ਸਾਨੂੰ ਸਭ ਤੋਂ ਵੱਡਾ ਫਿਕਰ ਰਹਿੰਦਾ ਹੈਗਾ ਕਿ ਲੋਕੀ ਮੇਰੇ ਬਾਰੇ ਕੀ ਸੋਚਣਗੇ ਹੁਣ ਤੁਸੀਂ ਦੇਖੋ ਜੇ ਆਪਾਂ ਇਹ ਜ਼ਿੰਦਗੀ ਜੀਂਦੇ ਪਿਆ ਕਿ ਲੋਕੀ ਮੇਰੇ ਬਾਰੇ ਕੀ ਸੋਚਣਗੇ ਤੁਸੀਂ ਮੈਨੂੰ ਦੱਸੋ ਜ਼ਿੰਦਗੀ ਦੀ ਕੁਆਲਿਟੀ ਕਿੰਨੀ ਮਤਲਬ ਕੁਆਲਿਟੀ ਠੀਕ ਹੋਏਗੀ ਤੁਹਾਨੂੰ ਹਰ ਵੇਲੇ ਇਹ ਫਿਕਰ ਲੇ ਕਿ ਲੋਕੀ ਮੇਰੇ ਬਾਰੇ ਕੀ ਸੋਚ ਰਹੇ ਹੈ ਹੁਣ ਜੇ ਮੈਨੂੰ ਇਹ ਫਿਕਰ ਹੈ ਕਿ ਮੈਂ ਬੋਲ ਰਿਹਾ ਤੇ ਲੋਕੀ ਮੇਰੇ ਬਾਰੇ ਕੀ ਸੋਚ ਰਹੇ ਨੇ ਕੀ ਮੈਂ ਬੋਲੂਗਾ ਦੱਸ ਮੈਂ ਆਪਣੀ オリジナル ਦਿਲ ਦੀ ਗੱਲ ਤੇ ਕਰ ਹੀ ਨਹੀਂ ਸਕੂਗਾ ਕੋਈ ਮਤਲਬ ਐਸ ਚੀਜ਼ ਤੋਂ ਘਬराई ਜਾਣਾ ਕਿ ਲੋਕੀ ਮੇਰੇ ਬਾਰੇ ਕੀ ਨਜ਼ਰੀਆ ਰੱਖਣਗੇ ਹਾਲੇਕਿ ਲੋਕਾਂ ਨੂੰ ਆਪਣੇ ਬੜੇ ਫਿਕਰ ਪਏ ਹੁੰਦੇ ਆ ਤੁਸੀਂ ਲੋਕਾਂ ਦੇ ਫਿਕਰ ਸੁਣਨਾ ਨਾ ਫਿਰ ਤੁਹਾਨੂੰ ਲੱਗੇਗਾ ਵੀ ਉਹਦੇ ਕੋ ਤੇ ਆਪਣੀ ਇੰਨਾ ਵੱਡਾ ਪੰਡ ਪਈ ਹੈ ਉਹਨੇ ਤੁਹਾਡੇ ਬਾਰੇ ਕੀ ਸੋਚਣਾ ਦੱਸੋ ਹੈ ਕੋਈ ਕਿਸੇ ਕੋਲ ਬੇ ਜਿੰਨੂੰ ਦੇਖੋ ਉਹੀ ਫਿਕਰਾਂ 'ਚ ਪਿਆ ਜਿੰਨੂੰ ਦੇਖੋ ਉਹੀ ਆਪਣੇ ਫਿਕਰਾਂ 'ਚ ਪਿਆ ਮੈਨੂੰ ਇਹਦਾ ਫਿਕਰ ਹੈ ਮੈਨੂੰ ਇਹਦਾ ਫਿਕਰ ਹੈ ਮੈਨੂੰ ਉਹਦਾ ਫਿਕਰ ਹੈ ਮੇਰੀ ਇਹਦ ਨਾਲ ਨਹੀਂ ਪੰਦੀ ਉਹਨੇ ਮੇਰੇ ਪੈਸੇ ਮਾਰ ਲਏ ਉਹਨੇ ਮੇਰੀ ਇੱਜ਼ਤ ਗਵਾਤੀ ਉਹਨੇ ਮੇਰੀ ਬੇਇੱਜ਼ਤੀ ਕਰਤੀ ਲੋਕਾਂ ਦੇ ਤੇ ਆਪਣੀਆਂ ਹੀ ਪ੍ਰੋਬਲਮਸ ਬੜੀਆਂ ਅਸੀਂ ਸੋਚਦੇ ਹਾਂ ਕਿ ਲੋਕੀ ਮੇਰੇ ਬਾਰੇ ਸੋਚ ਰਹੇ ਹੈ। ਅਬ ਐਵੇਂ ਸੇ ਤੇ ਦੇਖੋ ਇਹਦਾ ਸੋਸ਼ਲ ਮੀਡੀਆ ਨਾਲ ਬੜਾ ਜ਼ਿਆਦਾ ਕਨਸਰਨ ਹੈ। ਅਸੀਂ ਫੇਸਬੁੱਕ ਤੇ ਪਾੰਨੇ ਆ ਤੇ ਇੰਸਟਾ ਦੇ ਉੱਪਰ ਪਾੰਨੇ ਆ। ਅਸੀਂ ਉੱਥੇ ਘੱਟ ਫੋਕਸ ਕਰਦੇ ਹਾਂ ਜੋ ਈਵੈਂਟ ਹੋ ਰਿਹਾ ਹੈ। ਉਹਦਾ ਐਕਸਪੀਰੀ ਜਨਰਲੀ ਤੁਸੀਂ ਦੇਖੋ ਬਰਥਡੇਟ ਕੱਟਿਆ ਜਾ ਰਿਹਾ ਹੈ ਨਾ ਸਾਹਮਣੇ ਕੇਕ ਪਿਆ ਹੈ ਅਸੀਂ ਕੱਟਣ ਵਾਸਤੇ ਤਿਆਰ ਹਾਂ ਸਾਨੂੰ ਕੇਕ ਤੇ ਬਰਥਡੇ ਤੇ ਜਿਹੜੇ ਚਾਰ ਬੰਦੇ ਸਾਡੇ ਨਾਲ ਹੈ ਉਹਦੇ ਨਾਲ ਕੋਈ ਕੰਸਰਨ ਨਹੀਂ ਹੈ ਉਹਦੀ ਫੋਟੋ ਖਿੱਚ ਕੇ ਇੰਸਟਾ ਪਾਤੀ ਅੱਛਾ ਇੱਕ ਵਾਰੀ ਫੇਰ ਖਿੱਚ ਲੈ ਠੀਕ ਆਈ ਕਿ ਨਹੀਂ ਆਈ ਅੱਛਾ ਜਿਹੜੇ ਲੋਕਾਂ ਨੂੰ ਅਸੀਂ ਪਾ ਰਹੇ ਹੁੰਦੇ ਆ ਨਾ ਉਹ ਜਾਂ ਤੇ ਆਪਣੇ ਫਿਕਰਾਂ 'ਚ ਪਏ ਹੁੰਦੇ ਆ ਤੇ ਜਾਂ ਤੁਹਾਡੇ ਨਾਲ ਜੈਲਸ ਹੁੰਦੇ ਆ ਤੁਸੀਂ ਮੈਨੂੰ ਦੱਸੋ ਕਿ ਤੁਹਾਡੀ ਖੁਸ਼ੀ ਦੇਖ ਕੇ ਅਗਲਾ ਕਿੰਨਾ ਖੁਸ਼ ਤੇ ਕਿਉਂ ਖੁਸ਼ ਹੋਏਗਾ ਐਂਡ ਖੁਸ਼ ਹੋਣ ਵਾਸਤੇ ਉਹਦੇ ਕੋਲ ਆਪਣੀ ਵਜ੍ਹਾ ਜੇ ਕੋਈ ਨਹੀਂ ਹੈਗੀ ਤੇ ਤੁਹਾਨੂੰ ਦੇਖ ਕੇ ਉਹ ਕਿਉਂ ਖੁਸ਼ ਹੋਏਗਾ ਮੈਨੂੰ ਇਹ ਦੱਸੋ ਆਪਾਂ ਪਾਦੇ ਤੇ ਇਸ ਵਾਸਤੇ ਹੀ ਆ ਨਾ ਕਿ ਇੰਸਟਾ ਤੇ ਪਾ ਦਿਓ ਵੀ ਫੇਸਬੁੱਕ ਤੇ ਪਾ ਦਿਓ YouTube ਤੇ ਪਾ ਦਿਓ ਇੱਧਰ ਪਾ ਦਿਓ ਉੱਧਰ ਪਾ ਦਿਓ ਫੈਮਿਲੀ ਗਰੁੱਪ ਚ ਪਾ ਦਿਓ ਜਾਂ ਤੇ ਸਾਡਾ ਮਸਲਾ ਇਹ ਹੁੰਦਾ ਵੀ ਕਿਸੇ ਨੂੰ ਸਾਂਡਣਾ ਹੁੰਦਾ ਤੇ ਫਿਰ ਤੇ ਤੁਹਾਡਾ ਮਸਲਾ ਠੀਕ ਹੋ ਗਿਆ ਤੇ ਤੁਸੀਂ ਸਾਂਡ ਲਿਆ ਕਿਸੇ ਨੂੰ ਅੱਛਾ ਜੇ ਕੋਈ ਸੜਿਆ ਨਾ ਤੇ ਫਿਰ ਵੀ ਤੁਹਾਡੀ ਪ੍ਰੋਬਲਮ ਕਿੰਨੀ ਲੇਖੂ ਅਸੀਂ ਕਿੰਨੀ ਪ੍ਰੋਬਲਮ ਚ ਬਟ ਸਭ ਤੋਂ ਵੱਡਾ ਨੁਕਸਾਨ ਕੀ ਹੋਇਆ ਕਿ ਜਿੱਥੇ ਅਸੀਂ ਹੈਗੇ ਆ ਨਾ ਉੱਥੇ ਅਸੀਂ ਹੈਗੇ ਨਹੀਂ ਆ ਜੇ ਕਿਸੇ ਨੇ ਰਿਪਲਾਈ ਨਹੀਂ ਵੀ ਕੀਤਾ ਤਾਂ ਉਹ ਦੇਖ ਕੇ ਕਾਹਦੀ ਪ੍ਰੋਬਲਮ ਹਾਂ ਫਿਰ ਜਦੋਂ ਉਹਦੀ ਫੋਟੋ ਪੈ ਗਈ ਤੇ ਆਪਾਂ ਫਿਰ ਦੇਖਾਂਗੇ ਕੀ ਰਿਪਲਾਈ ਕਰਦੇ ਮਤਲਬ ਉਹ ਨਹੀਂ ਦੇਰ ਉਹ ਯਾਦ ਵੀ ਰੱਖਣੀ ਪੈਗੀ ਨਾ ਕਿ ਐਸ ਬੰਦੇ ਨੇ ਸਾਡੀ ਫੋਟੋ ਲਾਈਕ ਨਹੀਂ ਸੀ ਕੀਤੀ ਸਟੇਟਸ ਦਾ ਸਭ ਤੋਂ ਜ਼ਿਆਦਾ ਚੱਲਦਾ ਹਾਂ ਅੱਜ ਕੱਲ੍ਹ ਉਹ ਸਟੇਟਸ ਵਾਲਾ ਬੜਾ ਹੈ ਇਸ ਲਈ ਇਸ ਲਈ ਤਾਂ ਅਨਲਿमिटेड ਮੈਮਰੀ ਹੈ ਮਤਲਬ ਦੇਖੋ ਨਾ ਅਸੀਂ ਅਸੀਂ ਗੈਰ ਹਾਜ਼ਰ ਹੋ ਜਾਂਦੇ ਹਾਂ ਸਭ ਤੋਂ ਵੱਡੀ ਪ੍ਰੋਬਲਮ ਪਤਾ ਕੀ ਅਸੀਂ ਆਪਣੇ ਆਪ ਤੋਂ ਗੈਰ ਹਾਜ਼ਰ ਹਾਂ ਦੂਜੀ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਅਸੀਂ ਨਾ ਟਾਕਸਿਕ ਸ਼ੀਮ ਵਧਾਈ ਜਾ ਰਹੇ ਹਾਂ ਇਹ ਦੇਖੋ ਐਵੇਂ ਨਹੀਂ ਲੋਕੀ ਸੁਸਾਈਡ ਕਰਦੇ ਨੇ ਤੁਸੀਂ ਦੇਖੋ ਸਾਡੀ ਸਾਡੀ ਸੁਸਾਇਟੀ ਦੇ ਵਿੱਚ ਅੱਜ ਕੱਲ ਸੁਸਾਈਡ ਕਿੰਨਾ ਕਾਮਨ ਹੋ ਗਿਆ ਐਡਿਕਸ਼ਨ ਤੇ ਇੱਕ ਪਾਰਟ ਹੈ ਉਹਦਾ ਐਡਿਕਸ਼ਨ ਇਜ਼ ਅ ਪਾਰਟ ਆਫ ਇਟ ਵੀ ਡੋਨਟ ਲਵ ਆਰਸੈਲਵਜ਼ ਅਸੀਂ ਕਿੱਥੇ ਆਪਣੇ ਆਪ ਨੂੰ originally ਲਵ ਕਰ ਪਏ ਸਾਨੂੰ ਆਪਣਾ ਮਤਲਬ ਘਟ ਪਿਆ ਲੋਕਾਂ ਦਾ ਜ਼ਿਆਦਾ ਪਿਆ ਨਰ ਪਰ ਜਿਆਦਾ ਜਿਹੜੇ ਸੂਸਾਇਡਾ ਮੈਨੂੰ ਲੱਗਦਾ ਉਹ ਐਡਿਕਟ ਬੰਦੇ ਜਦੋਂ ਐਡਿਕਸ਼ਨ ਤੋਂ ਬਾਹਰ ਚਲ ਜਾਂਦੇ ਰਿਕਵਰੀ ਕਰਦੇ ਉਦੋਂ ਕਿਤੇ ਨਾ ਕਿਤੇ ਉਹ ਸੂਸਾਇਡ ਕਰਦੇ ਆ ਮੈਨੂੰ ਇਦਾਂ ਲੱਗਦਾ ਤੁਹਾਡੀ ਬਾਰੇ ਫਿਰ ਗੱਲ ਬਿਲਕੁਲ ਠੀਕ ਹੈਗੀ ਹੈ ਅ ਜਦੋਂ ਐਡਿਕਸ਼ਨ ਆਉਂਦੀ ਹੈ ਨਾ ਐਡਿਕਸ਼ਨ ਇਕੱਲੀ ਨਹੀਂ ਆਉਂਦੀ ਪਹਿਲੀ ਗੱਲ ਤੇ ਸਮਝਣ ਵਾਲੀ ਕਿ ਐਡਿਕਸ਼ਨ ਦੀ ਬਿਮਾਰੀ ਕਦੀ ਇਕੱਲੀ ਨਹੀਂ ਆਉਂਦੀ ਇਹ ਹੋਰ 5-7 ਬਿਮਾਰੀਆਂ ਨਾਲ ਲੈ ਕੇ ਆਉਂਦੀ ਹੈ ਜੇ ਤੁਸੀਂ ਸੋਚਦੇ ਹੋ ਨਾ ਕਿ ਇਸ ਬੰਦੇ ਨੂੰ ਸਿਰਫ ਸ਼ਰਾਬ ਦੀ ਆਦਤ ਹੈ ਇਸ ਬੰਦੇ ਨੂੰ ਸਿਰਫ ਹੇਰੋਇਨ ਦੀ ਆਦਤ ਹੈ ਜਾਂ ਇਹਨੂੰ ਐਬਿਮਾਰੀ ਲੱਗੀ ਹੈ ਉਹਦੇ ਨਾਲ ਉਹਦੇ ਪਾਈਪਲਰ ਹੋਊਗਾ ਉਹਦੇ ਨਾਲ ਉਹਦਾ ਸਾਈਕੋਟਿਕ ਬਿਹੇਵੀਅਰ ਹੋਏਗਾ ਉਹਦੇ ਨਾਲ ਉਹਦੀ ਸਸਪੀਸ਼ੀਅਸਨੈਸ ਹੋਏਗੀ ਉਹਦੇ ਨਾਲ ਉਹਦੀ ਹਲੂਸੀਨੇਸ਼ਨਸ ਹੋਣਗੀਆਂ ਉਹਦੇ ਨਾਲ ਹੋਰ ਡਿਪਰੈਸ਼ਨ ਹੋਏਗੀ ਉਹਦੇ ਨਾਲ ਉਹਦੀ ਆਬਸੈਸ਼ਨਸ ਹੋਣਗੀਆਂ ওসিਡੀ ਹੋਏਗੀ ਉਹਦੇ ਨਾਲ ਬਹੁਤ ਸਾਰੀਆਂ ਪ੍ਰੋਬਲਮਸ ਹੋਣਗੀਆਂ ਉਹਦੇ ਨਾਲ ਸੂਇਸਾਈਡਲ ਬਿਹੇਵੀਅਰ ਵੀ ਹੋਏਗਾ अच्छा इस इंसान को कोई तकलीफ नहीं है पर क्योंकि जीन्स ਵਿੱਚ ਤੁਰਿਆ ਆਂਦਾ ਕਿ ਇਸ ਬੰਦੇ ਨੇ ਸੁਸਾਈਡ ਕਰਨਾ ਉਹ ਜੈਨੇਟਿਕਲੀ ਸੁਸਾਈਡ ਇਟਸ ਅ ਡਿਜ਼ੀਜ਼ ਇਨ ਇਟਸੈਲਫ ਜਿਹੜੀ ਕਿ ਜੀਨਸ ਵਿੱਚ ਟ੍ਰੈਵਲ ਕਰਦੀ ਹੈ ਤੁਸੀਂ ਦੇਖੋ ਕਈ ਵਾਰੀ ਮੈਂ ਪੇਸ਼ੈਂਟ ਦੇਖਦਾ ਨਾ ਤੇ ਦੇ ਸੁਸਾਈਡਲ ਆਈਡੀਏਸ਼ਨ ਹੁੰਦੇ ਆ ਤੇ ਅਸੀਂ ਜਦੋਂ ਫੈਮਿਲੀ ਟ੍ਰੀ ਡਰਾ ਕਰੀਦਾ ਨਾ ਲਿਖੀ ਦੇਦੇ ਚਾਚੇ ਨੇ ਵੀ ਕੀਤਾ ਸੀ ਤੇ ਤਾਏ ਨੇ ਵੀ ਕੀਤਾ ਸੀ ਇਹਨਾਂ ਦੇ ਘਰ ਚ 4 ਸੁਸਾਈਡ ਹੋ ਚੁੱਕੇ ਆ ਇੱਕ ਸੁਸਾਈਡ ਤੇ ਨੇ ਆਪਣੇ ਸਾਹਮਣੇ ਦੇਖਿਆ ਉਸ ਬੰਦੇ ਦੇ ਅੰਦਰ ਹਾਈਲੀ ਸੁਸਾਈਡਲ ਰਿਸਕ ਹੋਏਗਾ ਤੁਹਾਨੂੰ ਜਿਹੜੇ ਸੂਸਾਇਡ ਤੁਸੀਂ ਕਹਿੰਦੇ ਹੋ ਨਾ ਜੀ ਬਟੇ ਇਹਦੇ ਵਿੱਚ ਕੀ ਹੁੰਦਾ ਹੈ ਕਿ ਤੁਹਾਨੂੰ ਆਪਣੀਆਂ ਸਾਰੀਆਂ ਚੀਜ਼ਾਂ ਦੇ ਰਿਕਵਰੀ ਕੀ ਕਹਿੰਦੀ ਹੈ ਕਿ ਤੁਹਾਨੂੰ ਆਪਣੀਆਂ ਸਾਰੀਆਂ ਕਰੈਕਟਡ ਇਫੈਕਟਸ ਤੇ ਆਪਣੀਆਂ ਖਾਮੀਆਂ ਤੇ ਕੰਮ ਕਰਨਾ ਪਊਗਾ ਜਿੱਦ ਸਕੋ ਕੇ ਸਿਰਫ ਤੁਸੀਂ ਡਰਗ ਛੱਡ ਕੇ ਬਹਿ ਜਾਓ ਤੇ ਤੁਸੀਂ ਹੋਰ ਕੁਝ ਨਹੀਂ ਕਰਨਾ ਇਟ ਇਜ਼ ਨਾਟ ਸਫੀਸ਼ੀਐਂਟ ਦੂਜੀ ਗੱਲ ਬਹੁਤ ਇੰਪੋਰਟੈਂਟ ਹੈ ਜਿਹੜਾ ਰਿਕਵਰੀ ਦੇ ਵਿੱਚ ਆਪਣੇ ਸਿਸਟਮ ਤੇ ਜੁੜੇ ਰਹਿਣਾ ਕਿਉਂਕਿ ਅਸੀਂ ਨਹੀਂ ਇਸ ਤਰ੍ਹਾਂ ਦੇ ਇਨਸਾਨ 10% ਦੁਨੀਆ 'ਚ ਇਨਸਾਨ ਹੈ ਗਿਆ ਸਾਨੂੰ ਆਪਣੇ ਸਟਰਕਚਰ ਤੋਂ ਬਾਹਰ ਜਾ ਕੇ ਕੋਈ ਵਿਚਾਰ ਨਹੀਂ ਪਾਏਗਾ ਕੋਈ ਕੰਟਰੋਲ ਨਹੀਂ ਕਰ ਪਾਏਗਾ ਜਿਹੜੀ ਮੈਂ ਸ਼ੁਰੂ 'ਚ ਗੱਲ ਕਹੀ ਸੀ ਨਾ ਡਰ ਸਾਡੇ ਵਾਸਤੇ ਨਹੀਂ ਕੰਮ ਕਰੇਗਾ ਤੁਸੀਂ ਕੌਣ ਜੇ ਤੂੰ ਬਾਹਰ ਜਾਏਂਗਾ ਤੇਨੂੰ ਐ ਹੋ ਜਾਏਗਾ ਉਹ ਕਹਿੰਦਾ ਅੱਛਾ ਕੋਈ ਗੱਲ ਨਹੀਂ ਤੂੰ ਇਹ ਡਰ ਕੰਮ ਹੀ ਨਹੀਂ ਕਰਦਾ ਮਤਲਬ ਤੁਸੀਂ ਉਹਨੂੰ ਕਹੋਗੇ ਨਾ ਕਿ ਬਈ ਦੇਖੀ ਜੇ ਤੂੰ ਕਰੇਂਗਾ ਤੇ ਓਵਰਡੋਸ ਹੋ ਜਾਏਗਾ ਤੇ ਓਵਰਡੋਸ ਹੋਏਗਾ ਤੇ ਤੇਰੇ ਨਾਲ ਫਿਰ ਐ ਹੋਏਗਾ ਕਹਿੰਦਾ ਕੋਈ ਨਹੀਂ ਹੁਣ ਮੈਂ ਧਿਆਨ ਨਾਲ ਕਰੂੰਗਾ ਦੇਖੋ ਪੇਸ਼ੈਂਟ ਦਾ ਰਿਸਪਾਂਸ ਕੀ ਚਾਹੀਦਾ ਅਸੀਂ ਪ੍ਰੀ ਪੇਸ਼ੈਂਟ ਦਾ ਰਿਸਪਾਂਸ ਕੀ ਮੰਗਦੇ ਆ ਕਿ ਉਹ ਨਾ ਕਰੇ ਉਹ ਕਹੇਗਾ ਮੈਂ ਨਹੀਂ ਕਰਾਂਗਾ ਜਾਂ ਉਹ ਕਹੇਗਾ ਕਿ ਚਲੋ ਮੈਂ ਸਿਸਟਮ ਚ ਆ ਜਾਣਾ ਜਾਂ ਅਸੀਂ ਤੇ ਮੰਗਦੇ ਆ ਕਿ ਉਹ ਕਹੇਗਾ ਕੋਈ ਗੱਲ ਨਹੀਂ ਮੈਂ ਇਲਾਜ ਪੂਰਾ ਕਰਾਵਾਂਗਾ ਪਰ ਉਹ ਆਨਸਰ ਕੀ ਕਰਿਆ ਕੋਈ ਨਹੀਂ ਨੈਕਸਟ ਟਾਈਮ ਜਦੋਂ ਕਰਨਾ ਨਾ ਮੈਂ ਧਿਆਨ ਨਾਲ ਕਰਾਂਗਾ ਜਦੋਂ ਮਤਲਬ ਹੁੰਦਾ ਬ੍ਰੇਨ ਦੇ ਵਿੱਚ ਕੀ ਚੱਲ ਰਿਹਾ ਇਹਦਾ ਮਤਲਬ ਜਿਹੜਾ ਅਸੀਂ ਉਹਨੂੰ ਡਰਾ ਰਹੇ ਆ ਜਿਹੜਾ ਉਹਨੂੰ ਮਤਲਬ ਜਿਹੜਾ ਸਾਡਾ ਤਰੀਕਾ ਹੈ ਇੰਨੀ ਠੀਕ ਤਰੀਕਾ ਹੈਗਾ ਹੈਲਦੀ ਤਰੀਕਾ ਨਹੀਂ ਹੈ ਇਹ ਅਨ ਹੈਲਦੀ ਤੇ ਵੱਡੀ ਕਰਦਾ ਜਿਹੜੀ ਪੇਸ਼ੈਂਟ ਦੇ ਵਿੱਚ ਆਮ ਹੁੰਦੀ ਹੈ ਨਾ ਜਦੋਂ ਆਪਾਂ ਹੁਣ ਮੇਰਾ ਰੀਸੈਂਟਲੀ ਇਹ ਵੀ ਕਹ ਰਿਹਾ ਕਰਦੇ ਸਮਝਾਉਂਦੇ ਵੀ ਆ ਪਰ ਕਰਦੇ ਸਮਝਾਉਂਦੇ ਵੀ ਆ ਪਰ ਇਹੋ ਹੀ ਤੁਹਾਡੇ ਵਾਲੀ ਗੱਲ ਹੋਈਏ ਕੋਈ ਗੱਲ ਨਹੀਂ ਮੈਂ ਹਿਸਾਬ ਨਾ ਕਰ ਲੂੰਗਾ ਹਾਂ ਬਟੇ ਬ੍ਰੇਨ ਹੈ ਨਾ ਦੇਖੋ ਮਾਈਂਡ ਨੂੰ ਪਤਾ ਹੈਗਾ ਕਿ ਜੇ ਆਪਾਂ ਕਰਾਂਗੇ ਇੱਕ ਬਿਮਾਰੀ ਹੈ ਪਰ ਬ੍ਰੇਨ ਜਿਹੜਾ ਹੈ ਨਾ ਉਹ ਉਹਦਾ ਇੱਕ ਏਜੰਡਾ ਵੱਖਰਾ ਹੈ ਬ੍ਰੇਨ ਆਪਣੇ ਏਜੰਡੇ ਤੋਂ ਨਹੀਂ ਹਟਦਾ ਪਿਆ ਦਿਮਾਗ ਦਾ ਇੱਕ ਆਪਣਾ ਹੀ ਏਜੰਡਾ ਚੱਲੀ ਜਾਂਦਾ ਹੈ ਪੈਰਲਲ ਏਜੰਡਾ ਲੈ ਕੇ ਬੈਠਾ ਆਇਆ ਕੋਈ ਗੱਲ ਨਹੀਂ ਇੱਕ ਟਾਈਮ ਆਏਗਾ ਜਦੋਂ ਇਹਦੇ ਗਾਰਡਸ ਲੋ ਹੋਣਗੇ ਇੱਕ ਟਾਈਮ ਆਏਗਾ ਜਦੋਂ ਇਹ ਪ੍ਰੋਗਰਾਮ ਤੋਂ ਬਾਹਰ ਹੋਏਗਾ ਇੱਕ ਟਾਈਮ ਹੋਏਗਾ ਜਦੋਂ ਓਵਰ ਕੌਨਫੀਡੈਂਟ ਹੋ ਜਾਏਗਾ ਇੱਕ ਟਾਈਮ ਹੋਏਗਾ ਜਦੋਂ ਇਹ ਕੋਈ ਨਾ ਕੋਈ ਹੋਰ ਚੀਜ਼ ਨੌਨ ਇਸ਼ੂਸ 'ਚ ਫਸਿਆ ਹੋਏਗਾ ਜਿਵੇਂ ਪੈਸੇ ਨੂੰ ਲੈ ਕੇ ਜਿਵੇਂ ਪ੍ਰੋਮੋਸ਼ਨ ਨੂੰ ਲੈ ਕੇ ਜਿਵੇਂ ਟ੍ਰਾਂਸਫਰ ਨੂੰ ਲੈ ਕੇ ਜਿਵੇਂ ਕਿਸੇ ਹੋਰ ਮਸਲੇ 'ਚ ਫਸ ਜਾਣਾ ਪੋਲਿਟਿਕਲ ਮਸਲੇ 'ਚ ਫਸ ਜਾਣਾ ਕਿਸੇ ਫਰੈਂਡਸ਼ਿਪ ਨੂੰ ਲੈ ਕੇ ਉਹਦੇ 'ਚ ਫਸ ਜਾਣਾ ਹੁਣ ਐਡਿਕਸ਼ਨ ਤੇ ਬੜੇ ਤਰ੍ਹਾਂ ਦੀਆਂ ਹੁੰਦੀਆਂ ਐ ਐਡਿਕਸ਼ਨ ਥਾਟਸ ਦੀ ਐਡਿਕਸ਼ਨ ਐ ਐਡਿਕਸ਼ਨ ਬਿਹੇਵੀਅਰਲ ਐਡਿਕਸ਼ਨ ਜੈਗੀਆਂ ਗੈਂਬਲਿੰਗ ਐਡਿਕਸ਼ਨ ਹੈਗੀ ਐ ਕਿੰਨੀ ਜ਼ਿਆਦਾ ਲੋਕੀ ਗੈਂਬਲਿੰਗ ਸੱਟੇਬਾਜ਼ੀ 'ਚ ਫਸੇ ਹੋਏ ਆ ਅੱਛਾ ਐਡਿਕਸ਼ਨ ਰਿਲੇਸ਼ਨਸ਼ਿਪ ਨੂੰ ਲੈ ਕੇ ਬਣੀਆਂ ਹੈਗੀਆਂ ਆਬਸੈਸਡ ਵਿਦ ਸਮਵਨ ਕਿਸੇ ਹੋਰ ਇਨਸਾਨ ਨਾਲ ਅਬਸੈਸਿਵ ਰਿਲੇਸ਼ਨਸ਼ਿਪ ਚ ਹੋ ਜਾਣਾ ਕੋਈ ਐਡਿਕਸ਼ਨ ਥੋੜੀ ਐ ਐਡਿਕਸ਼ਨ ਤਾਂ ਬਹੁਤ ਜ਼ਿਆਦਾ ਹੈਗੀ ਐ ਸਰ 네ਗੇਟਿਵ ਥੌਟਸ ਜਿਹੜੇ ਹੁੰਦੇ ਆ ਆਪਣੇ ਇਹਦੇ ਤੋਂ ਬਾਅਦ ਜਦੋਂ ਆਪਾਂ ਡੀਟੌਕਸ ਕਰਾਉਂਦੇ ਆ ਉਹਨਾਂ ਨੂੰ ਕਿਦਾਂ ਖਤਮ ਕੀਤਾ ਜਾਵੇ ਜਿਹੜੇ 네ਗੇਟਿਵ ਥੌਟਸ ਆਉਂਦੇ ਘਰ ਦੇ ਕਹਿੰਦੇ ਤੂੰ ਦਵਾਈ ਖਾ ਮੈਂ ਕਹਿੰਦਾ ਕੋਈ ਗੱਲ ਨਹੀਂ ਖਾ ਲੂੰਗਾ ਮਤਲਬ ਮੇਰੇ ਆ ਇਹੋ ਹੀ ਆ ਵੀ ਜੇ ਲੱਤਾਂ ਪੀੜ ਤੁਹਾਨੂੰ ਦੱਸਿਆ ਹੀ ਉਦੋਂ ਲੱਤਾਂ ਪੀੜ ਲੱਕ ਪੀੜ ਮੇਰੇ ਮਾਈਂਡ 'ਚ ਇਹ ਆ ਵੀ ਡਾਕਟਰ ਕੋ ਜਾਊਂਗਾ ਪਹਿਲੋਂ ਇੰਨੀ ਦੂਰੋਂ ਡਾਕਟਰ ਕੋ ਜਾਊਂਗਾ ਫਿਰ ਡਾਕਟਰ ਨੂੰ ਸਲਿੱਪ ਦਊਂਗਾ ਫਿਰ 1 ਘੰਟਾ ਲੱਗੂਗਾ ਫਿਰ ਇੰਜੈਕਸ਼ਨ ਲੱਗੂਗਾ ਉਤੋਂ ਚੰਗਾ ਹੋਣੇ ਭੀਮ ਖਾਲੋ ਮਤਲਬ ਇਹ ਥੌਟਸ ਕਿਦਾਂ ਮਤਲਬ ਆਪਾਂ ਇਹਨੂੰ ਕੰਟਰੋਲ ਕਰੀਏ ਬੱਚੇ ਤੁਹਾਡੀ ਇਹ ਵੀ ਗੱਲ ਬਿਲਕੁਲ ਠੀਕ ਹੈਗੀ ਹੈ 100% ਤੁਸੀਂ ਬੜੇ ਆਨੈਸਟੀ ਇਹ ਗੱਲ ਕਰ ਰਹੇ ਹੋ ਕਿਉਂਕਿ ਸਾਨੂੰ ਨਾ ਇਮੀਡੀਏਟ ਗ੍ਰੈਟੀਫਿਕੇਸ਼ਨ ਨੇ ਕਾਫੀ ਜ਼ਿੰਦਗੀ 'ਚ ਮਦਦ ਕੀਤੀ ਹੁੰਦੀ ਹੈ ਨਾਲੇ ਸਾਨੂੰ ਪਤਾ ਹੁੰਦਾ ਵੀ ਆਪਾਂ ਕੋਈ ਕਿਸੇ ਕੋਲ ਪ੍ਰੋਬਲਮ ਰੱਖਾਂਗੇ ਸੋਲਵ ਹੋਏਗੀ ਕਿ ਨਹੀਂ ਹੋਏਗੀ ਆ ਸਾਡਾ ਤੇ ਸਾਹਮਣੇ ਪਈ ਹੈ ਪ੍ਰੋਬਲਮ ਸੋਲਵ ਕਰਨ ਸਾਡੀ ਜੇਬ ਚ ਹੈ ਹਾਂਜੀ ਹਾਂਜੀ ਠੀਕ ਹੈ ਨਾ ਹੁਣ ਕਿਉਂਕਿ ਸਾਨੂੰ ਆਦਤ ਵੀ ਪਈ ਹੋਈ ਹੈ ਅਸੀਂ ਕੋਈ ਸੋਚ ਹੋਰ ਵੀ ਰਾਂਗੇ ਨਾ ਸਾਡਾ ਤਾਂ ਵੀ ਹੱਥ ਉੱਤੇ ਜਾ ਕੇ ਸਾਨੂੰ ਲੱਗੇਗਾ ਕਿ ਜੇ ਇੰਨੀਆਂ ਦਰਦਾਂ ਸਹਾਰਨੀਆਂ ਨੇ ਇਹਨਾਂ ਨਾਲ ਚੰਗਾ ਕਿ ਆਪਣੇ ਦਿਮਾਗ ਨੂੰ ਸੁਣ ਕਰ ਲਈਏ ਰਾਈਟ ਹੁਣ ਉਹ ਸਾਡਾ ਉਹ ਜਿਹੜਾ ਪ੍ਰੋਸੀਜਰ ਰਾਈਟ ਪ੍ਰੋਸੀਜਰ ਉਹ ਸਾਨੂੰ ਲੰਬਾ ਲੱਗੇਗਾ ਜਿਹੜਾ ਇਮੀਡੀਏਟ ਪ੍ਰੋਸੀਜਰ ਹੈ ਨਾ ਅਸੀਂ ਉਹਦੇ ਵਿੱਚ ਹੀ ਯਕੀਨ ਰੱਖਦੇ ਹਾਂ ਸਾਡਾ ਯਕੀਨ ਹੀ ਉਧਰ ਵੱਜਾ ਹੋਇਆ ਸੋ ਉਹਦੇ ਨਾਲ ਹੁੰਦਾ ਕੀ ਹੈ ਕਿ ਸਾਡਾ ਬਲੀਫ ਸਿਸਟਮ ਇਹ ਬਣਿਆ ਹੈ ਕਿ ਕਿਸੇ ਕੋਲੋਂ ਕਿਸੇ ਨੂੰ ਮੇਰੀ ਪ੍ਰੋਬਲਮ ਸਮਝ ਨਹੀਂ ਆ ਰਹੀ ਨਾਲੇ ਜਿਹੜੀ ਇਹਨਾਂ ਨੇ ਪ੍ਰੋਬਲਮ ਸੋਲਵ ਕਰਨੀ ਉਹ ਪਤਾ ਨਹੀਂ ਹੋਣੀ ਕਿ ਨਹੀਂ ਹੋਣੀ ਪਹਿਲਾਂ ਜਿਹੜੀ ਮੇਰੇ ਕੋਲ ਹੱਤ ਕੰਢਾ ਹੈਗਾ ਮੈਂ ਤੇ ਇਹਨੂੰ ਅਪਣਾਉ ਸੋ ਇਹ ਤੇ ਕਰਕੇ ਕੀ ਹੁੰਦਾ ਹੈ ਕਿ ਅਸੀਂ ਪੇਨ ਦਾ ਜਿਹੜਾ ਡਾਇਰੈਕਟ ਰਿਲੇਸ਼ਨ ਨਾ ਨਸ਼ਿਆਂ ਦੇ ਨਾਲ ਪਾਇਆ ਹੋਇਆ ਕਿਉਂਕਿ ਜਿਹੜੇ ਓਪੀਆਇਡਸ ਹਨ ਜਿਹੜੇ ਹਿਰੋਇਨ ਓਪੀਅਟਸ ਹੈ ਇਹ ਡਾਇਰੈਕਟਲੀ ਪੇਨ ਕਿਲਰਸ ਹੀ ਹੈ রাইਟ ਤਾਂ ਸਾਨੂੰ ਇਹ ਲੱਗਦਾ ਹੈ ਕਿ ਪੇਨ ਕਿਲਰਸ ਪੇਨ ਦਾ ਇਲਾਜ ਤੇ ਪੇਨ ਕਿਲਰਸ ਹੀ ਹੈ ਕਾਮਨ ਸੈਂਸ ਦੇ ਇਹੀ ਕਹਿੰਦੀ ਹੈ ਪਰ ਪ੍ਰੋਗਰਾਮ ਇਹ ਕਹਿੰਦਾ ਹੈ ਕਿ ਪੇਨ ਜਿਹੜੀਆਂ ਇਹਦਾ ਇਲਾਜ ਪੇਨ ਕਿਲਰਸ ਨਹੀਂ ਹੈ ਪੇਨ ਨੂੰ ਰਹਿਣਾ ਚਾਹੀਦਾ ਕਿਉਂਕਿ ਅਸੀਂ ਜੀਂਦੇ 19 ਡੇਅਰ ਤੱਕੀਆਂ ਜਿੰਨੀ ਦੇਰ ਅਸੀਂ ਪੇਨ ਨੂੰ ਮਹਿਸੂਸ ਕਰਦੇ ਹਾਂ ਜਦੋਂ ਲੋਕ ਬਹੁਤ ਬਿਮਾਰ ਹੋ ਜਾਂਦੇ ਆ ਨਾ ਜਦੋਂ ਪੇਸ਼ੈਂਟ ਜਿਆਦਾ ਬਿਮਾਰ ਹੋ ਜਾਂਦੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪੇਨ ਮਹਿਸੂਸ ਹੀ ਨਹੀਂ ਹੁੰਦੀ ਤੁਸੀਂ ਦੇਖਿਆ ਡਾਇਬੀਟਿਕ ਫੁੱਟ ਲੋਕਾਂ ਨੇ ਦੇਖਿਆ ਇੱਥੇ 60 ਵਜੇ ਮਾਰਾ ਜਾਇ ਤੀਲਾ ਵਜਾ ਉਸ ਤੋਂ ਬਾਅਦ ਇਹ ਚੀਜ਼ ਚਲੇਗੀ ਫਿਰ ਉਸ ਤੋਂ ਬਾਅਦ ਇੱਥੋਂ ਤੱਕ ਪੈਰ ਚਲੇ ਗਿਆ ਫਿਰ ਇੱਥੋਂ ਤੱਕ ਚਲੇ ਗਿਆ ਫਿਰ ਪੈਰ ਕੱਟਣਾ ਪਿਆ ਹੈਨਾ ਸੋ ਉਹਦੇ ਵਿੱਚ ਹੁੰਦਾ ਕੀ ਹੈ ਕਿ ਉਸ ਇਨਸਾਨ ਨੂੰ ਜਦੋਂ ਉਹਨੂੰ ਡਾਇਬੀਟਿਸ ਕਰਕੇ ਉਹਦੀ ਜਿਹੜੀ ਪੈਰੀਫਰਲ ਨਿਊਰੋਪੈਥੀ ਹੋ ਜਾਂਦੀ ਹੈ ਜਿਹੜੇ ਪੈਰੀਫਰੀ ਦੇ ਨਰਵਸ ਹੁੰਦੀਆਂ ਹਨ ਉਹ ਡੈੱਡ ਹੋ ਜਾਂਦੀ ਹੈ ਉਹਤੇ ਕਰਕੇ ਕੀ ਹੁੰਦਾ ਕਿ ਉਹਨੂੰ ਕੰਡਾ-ਕੰਡਾ ਮਹਿਸੂਸ ਹੀ ਨਹੀਂ ਹੁੰਦਾ ਜੇ ਬੂਟ ਦੇ ਵਿੱਚ ਕੋਈ ਚੀਜ਼ ਫਸੀ ਹੋਈ ਹੈ ਉਹਨੂੰ ਮਹਿਸੂਸ ਹੀ ਨਹੀਂ ਹੋਣੀ ਉਹਨੇ ਅਲਟੀਮੇਟਲੀ ਜ਼ਖਮ ਕਰ ਦੇਣਾ ਸਰ ਡਾਕਟਰ ਸਾਹਿਬ ਨੇ ਠੀਕ ਕਹਿ ਰਹੇ ਨੇ ਜਿੱਥੇ ਕੋਈ ਗਲਤ ਕਹਿ ਰਿਹਾ ਮੈਂ ਦੱਸ ਦੇਣਾ ਐਸੇ ਹੁੰਦਾ ਨਾ ਸੋ ਦੈਟ ਮੀਨਸ ਪੇਨ ਕਿੰਨੀ ਜ਼ਰੂਰੀ ਹੈ ਮੈਂ ਦੱਸ ਦਉ ਕਿ ਦੁਨੀਆ ਦੇ ਵਿੱਚ ਪੇਨ ਤੇ ਸਦਮਾ ਇਹੀ ਕੋਈ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਸਾਨੂੰ ਪਰਮਾਤਮਾ ਨਾਲ ਜੋੜ ਕੇ ਰੱਖਦੀਆਂ ਤੇ ਸਾਨੂੰ ਇੱਕ ਦੂਜੇ ਨਾਲ ਜੋੜ ਕੇ ਰੱਖਦੀਆਂ ਜਦੋਂ ਸਾਡੇ ਗੁੱਡ ਟਾਈਮ ਆਉਂਦੇ ਨੇ ਜਦੋਂ ਸਾਡੇ ਕੋਲ ਪੈਸਾ ਆਉਂਦਾ ਜਦੋਂ ਸਾਡੇ ਕੋਲ ਸ਼ੌਹਰਤ ਆਂਦੀ ਹੈ ਸਭ ਤੋਂ ਪਹਿਲਾਂ ਅਸੀਂ ਪਰਮਾਤਮਾ ਨੂੰ ਭੁੱਲਦੇ ਆਂ ਤੇ ਪਰਮਾਤਮਾ ਦੇ ਬੰਦਿਆਂ ਨੂੰ ਭੁੱਲਦੇ ਆਂ ਦੇਖ ਲਓ ਸੀ ਹਮੇਸ਼ਾ ਦੇਖ ਲਓ ਐਂਡ ਪੇ ਇ ਇੱਕ ਐਹੋ ਜੀ ਚੀਜ਼ ਹੈ ਜਿਹੜੀ ਸਾਨੂੰ ਦੁਬਾਰਾ ਇਨਸਾਨਾਂ ਨਾਲ ਜੋੜਦੀ ਹੈ ਐਂਡ ਦੁਬਾਰਾ ਪਰਮਾ ਨਾ ਅਸੀਂ ਕਦੋਂ ਲੈਨੇ ਆ ਪਰਮਾਤਮਾ ਦਾ ਉਸੇ ਲਈ ਲੈਨੇ ਆ ਕਦੀ ਹੁੰਦਾ ਵੀ ਅਸੀਂ ਚੰਗੇ ਟਾਈਪ 'ਚ ਪਰਮਾਤਮਾ ਨੂੰ ਯਾਦ ਕਰੀਏ ਬਹੁਤ ਥੋੜੇ ਲੋਕ ਹੈ ਬਹੁਤ ਥੋੜੇ ਲੋਕ ਸੋ ਪੇ ਸਾਨੂੰ ਯੂਨਾਈਟ ਕਰਕੇ ਰੱਖਦੀ ਹੈ ਪੇ ਨਹੀਂ ਸਾਡੀ ਇੱਥੋਂ ਦੀ ਐ ਜਿਹੜੀ ਮੀਟਿੰਗ ਹੈ ਨਾ ਇਦਾਂ ਜੇ ਤੁਸੀਂ ਰਿਸੈਂਸ ਦੇਖੋ ਤੇ ਕੋਈ ਹੈ ਕਿ ਸਾਡੀ ਪਾਵਰ ਆਫ ਪੇਨ ਹੈ ਜਿਹੜੀ ਸਾਨੂੰ ਜੋੜ ਕੇ ਰੱਖਿਆ ਹੈ ਅਸੀਂ ਕਿਉਂ ਬੈਠੇ ਇੱਥੇ ਅਸੀਂ ਲੋਕੀ ਤੇ ਸਾਡੇ ਉਹ ਨੂੰ ਨਹੀਂ ਬੈਠੇ ਕੌਣ ਇਸ ਵੇਲੇ ਆ ਕੇ ਇੱਥੇ ਬੈਠਾ ਹਸਪੀਟਲ ਦੇ ਵਿੱਚ ਸਿਰਫ ਸਾਡੀ ਪੇਨ ਨੇ ਸਾਨੂੰ ਬਿਠਾਇਆ ਹੋਇਆ ਤੁਹਾਨੂੰ ਆਪਣੀ ਪਾਸ ਦੀ ਪੇਨ ਯਾਦ ਹੈ ਸਾਨੂੰ ਇਹ ਹੀ ਪਤਾ ਹੈ ਕਿ ਇਹ ਪੇਨ ਨੇ ਦੁਬਾਰਾ ਆ ਜਾਣਾ ਜਦੋਂ ਅਸੀਂ ਇਸ ਪ੍ਰੋਗਰਾਮ ਤੋਂ ਬਾਹਰ ਹੋਏ ਸੋ ਯਾਦ ਹੈ ਸਾਨੂੰ ਪੇਨ ਹੀ ਹੈ ਆਪਣੀ ਜਦੋਂ ਸਾਡਾ ਮਨ ਕਰੇਗਾ ਨਾ ਇਸ ਪ੍ਰੋਗਰਾਮ ਤੋਂ ਬਾਹਰ ਜਾਣ ਲੱਗਿਆ जड़ी चीज़ सू इस प्रोग्राम से रखेगी वो सा पेन होएगी तो जे असी पेन किलर अपने यूज़ करने शुरू करते है, फिर अभी प्रोग्राम के हाँ के में मिला है कि आवेंगे हाँ जी कि पेन किल नहीं कर सकते लेकिन कम कर सकते जैसे ये पूछ रहे ना कि अगर मेरे कुछ विड्रॉल्स आ रहे हैं और मेरे को अफीम खाने का मन कर रहा है तो जैसे मेरे को अगर सिगरेट या कैनमिक का विड्रोवल आ रहा है तो फिर मैं कुछ ਫਾਸਟ ਫੂਡ ਖਾ ਲੂੰ ਜੋ ਗ੍ਰੈਟੀਫਾਈਂਗ ਹੋ ਤੋ ਉਸ ਮੈਗੀ ਬਣਾ ਕੇ ਖਾ ਲਿਆ ਕਰੋ ਹੈਨਾ ਉਹ ਉਹ ਅੱਛਾ ਹੋ ਜਾਂਦਾ ਹੈ ਥੈਟ ਇਜ਼ ਮਚ ਬੈਟਰ ਠੀਕ ਹੈ ਇਟਸ ਅ ਰਾਈਟ ਐਕਸਪੀਰੀਅੰਸ ਉਹਨਾਂ ਦਾ ਦਿਮਾਗ ਨਹੀਂ ਚੱਲਦਾ ਇਹਨਾਂ ਕੁਝ ਹਾਂ ਕਰਨਾ ਤਾਂ ਪੜੇਗਾ ਨਾ ਫਿਰ ਉਸ ਟਾਈਮ ਬੱਚੇ ਇਸ ਤਰ੍ਹਾਂ ਗੱਲ ਹੈ ਨਾ ਦੇਖੋ ਆਪਾਂ ਕਿੰਨੀ ਵਾਰੀ ਡੀਟੌਕਸੀਫਾਈ ਕਰਾਵਾਂਗੇ ਨਾ ਸੋ ਬੈਟਰ ਹੈਗਾ ਕਿ ਜੇ ਤੁਹਾਨੂੰ ਉਹ ਚੀਜ਼ ਨਹੀਂ ਕੰਮ ਕਰਦੀ ਪਈ ਦੇਖੋ ਤੁਹਾਨੂੰ ਫੈਮਿਲੀ ਚ ਸਪੋਰਟ ਮਿਲਦੀ ਪਈ ਹੈ ਹੈਨਾ ਤੇ ਤੁਹਾਡਾ ਮਤਲਬ ਪਰਮਾਤਮਾ ਦਾ ਸ਼ੁਕਰ ਕਿ ਤੁਸੀਂ ਅੰਮ੍ਰਿਤਸਰ ਚ ਕਿਤੇ ਰਹਿੰਦੇ ਹੋ ਐਂ ਤੁਹਾਡਾ ਬਹੁਤਾ ਡਿਸਟੈਂਸ ਵੀ ਨਹੀਂ ਹੈ ਹਸਪੀਟਲ ਨਾਲੋਂ ਤੇ ਜੇ ਆਪਾਂ ਰੋਜ਼ ਵੀ ਇੱਕ ਵਾਰੀ ਆ ਜਾਈਏ ਤੇ ਪੇਨ ਕਿੰਨੀ ਕੁ ਧੀਰ ਮਹਿਸੂਸ ਹੋਏਗੀ ਸਾਡੀ ਨਾਲੇ ਨਾ ਪੇਨ ਟੋਲਰੈਂਸ ਫਿਰ ਵੱਧਦੀ ਜਾਂਦੀ ਹੈ ਇੱਕ ਐਡਿਕਟ ਦੀ ਪੇਨ ਟੋਲਰੈਂਸ ਬੜੀ ਘੱਟ ਹੁੰਦੀ ਹੈ ਐਡੋ ਦੀ ਨਾ ਪੇਨ ਜਿਹੜੀ ਹੈ ਉਹ ਫੀਅਰ ਦੇ ਨਾਲ ਅਟੈਚਡ ਹੁੰਦੀ ਹੈ ਕਿਤੇ ਮੈਨੂੰ ਕੋਈ ਤਕਲੀਫ ਹੋ ਨਾ ਜਾਏ ਕਿਤੇ ਮੈਨੂੰ ਦਰਦ ਉੱਠੇ ਨਾ ਮਤਲਬ ਦਰਦ ਨਾਲ ਹੀ ਆਈ ਨਹੀਂ ਹੈ ਪਰ ਉਹਨੂੰ ਫੀਅਰ ਇਹ ਹੈ ਕਿ ਜੇ ਮੈਨੂੰ ਫੀਅਰ ਆਫ ਨਾਟ ਬੀ ਇਏਬਲ ਟੂ ਸਲੀਪ ਫੀਅਰ ਆਫ ਗੈਟਿੰਗ ਪੇਨ ਫੀਅਰ ਆਫ ਗੈਟਿੰਗ ਫੀਵਰ ਫੀਅਰ ਆਫ ਮੇਰਾ ਕੋਟਾ ਨਾ ਦਰਦ ਹੋਏ ਫੀਅਰ ਦੇ ਨਾਲ ਹੀ ਬੰਦਾ ਨਾ ਆਪਣੇ ਆਪ ਨੂੰ ਸੈਲਫ ਮੈਡੀਕੇਟ ਕਰੀ ਜਾਂਦਾ ਵੀ ਕਿਤੇ ਆ ਹੀ ਨਾ ਜਾਏ ਤੇ ਮੇਰ ਕੋ ਬਰਦਾਸ਼ਤ ਨਹੀਂ ਹੋਣੀ ਉਹਦੇ ਅੰਦਰ ਨਾ ਹੀ ਪੜਿਆ ਹੁੰਦਾ ਹਾਲੇ ਕੇਸ ਜਿੰਨੇ ਵੀ ਦੁਨੀਆ ਦੇ ਫੀਅਰ ਹੈ ਨਾ ਉਹਨਾਂ ਦਾ ਇਲਾਜ ਸਿਰਫ ਹੈਗਾ ਐਕਸ਼ਨ ਐਂਡ ਡੀਸੈਂਸਿਟੀਜੇਸ਼ਨ ਕਿ ਜਿਹੜਾ ਤੁਹਾਨੂੰ ਫੀਅਰ ਹੈ ਤੁਸੀਂ ਫੀਅਰ ਹਟਾਣਾ ਚਾਹੁੰਦੇ ਹੋ ਤੁਸੀਂ ਐਕਸ਼ਨ ਕਰੋ ਉਹੀ ਕੰਮ ਕਰੋ ਜਿਹੜਾ ਤੁਹਾਨੂੰ ਅਵੋਇਡ ਕਰ ਰਿਹਾ ਹੁਣ ਤੁਸੀਂ ਅਵੋਇਡ ਕਰ ਰਹੇ ਹੋ ਡਾਕਟਰ ਕੋਲ ਜਾਣਾ ਤੁਸੀਂ ਅਵੋਇਡ ਕਰ ਰਹੇ ਹੋ ਹਸਪੀਟਲ ਜਾਣਾ ਤੁਸੀਂ ਉਹ ਚੀਜ਼ ਕਰਨੀ ਸ਼ੁਰੂ ਕਰਦੇ ਹੋ ਤੁਸੀਂ ਰੋਜ਼ ਆਣਾ ਸ਼ੁਰੂ ਕਰਦੇ ਹੋ ਪੇਨ ਹੋਏ ਜਾਂ ਨਾ ਹੋਏ ਤੁਸੀਂ ਇੱਕ ਕਮਿਟਡ ਕਰ ਲਓ ਕਿ ਮੈਂ 6 ਵਜੇ ਸ਼ਾਮ ਨੂੰ ਇੱਥੇ ਪਹੁੰਚਣਾ ਹੀ ਪਹੁੰਚਣਾ ਤੁਹਾਡੀ ਜਿਹੜੇ ਇਹ ਵਾਲਾ ਸਰਕਲ ਹੈ ਨਾ ਇਹ ਬ੍ਰੇਕ ਹੋ ਜਾਏਗਾ ਸਰਕਲ ਹੀ ਬ੍ਰੇਕ ਹੋ ਜਾਏਗਾ ਸਰ ਇਸ ਮੇਹਾਰੇ ਮੈਨ ਇਸਕਾ ਬੜਾ ਫੇਰ ਹੁੰਦਾ ਨਹੀਂ हमें सात छः सात बजे होते हैं शाम को डर लग जाता है कि हम रात को नींद आएगी नहीं आएगी हाँ ये बहुत होता है बट जैसे मेडिसिन है मिलाट होते हैं है, है ना तो वो जब खाता हूँ मैं थोड़ा आराम मिलता है दिल को नींद आ जाती है वरना बहुत डर लगता है कि नींद नहीं आए तो क्या करेंगे ये ना काफ़ी इंपॉर्टेंट इशू है जो कह रहे हो ना साढ़े पेशेंट बहुत कॉमन है कि जे नींद ना आई तो फिर हो ਤੇ ਘਾੜਦੇ ਵੀ ਇਸ ਚੀਜ਼ ਨੂੰ ਬੜੀ ਇੰਪੋਰਟੈਂਸ ਦੇ ਦੇਖੋ ਜੀ 24 ਘੰਟੇ ਤੋਂ ਸੁੱਤਾ ਨਹੀਂ 48 ਘੰਟੇ ਤੋਂ ਸੁੱਤਾ ਨਹੀਂ ਸੁੱਤੇ ਤੇ ਅਸੀਂ ਪਹਿਲਾਂ ਵੀ ਕਦੀ ਨਹੀਂ ਹੁੰਦੇ ਅਸੀਂ ਡਰੱਗਸ ਲੈ ਕੇ ਕੋਈ ਸੌਂਦੇ ਥੋੜੀ ਆ ਬਸ ਇਹ ਹੈ ਕਿ ਉਹ ਫੀਅਰ ਖਤਮ ਹੋ ਜਾਂਦਾ ਐਂਡ ਮੈਂ ਦੇਖਿਆ ਬਹੁਤ ਸਾਰੇ ਲੋਕੀ ਅਲਕੋਹਲ ਲੈਂਦੇ ਉਸ ਤੋਂ ਬਾਅਦ ਸੌਂਦੇ ਥੋੜੀ ਅਲਕੋਹਲ ਲੈ ਕੇ ਬੇਹੋਸ਼ ਹੋ ਕੇ ਡਿਗ 'ਤੇ ਕਦੀ ਬੈਠਦੇ ਦੇਖ ਪਏ ਕਦੀ ਸੱਲੇ ਡਿਗ 'ਤੇ ਬਟ ਇਹ ਹੈ ਕਿ ਉਹ ਡਿਗਣਾ ਹੈ ਉਹ ਬੇਹੋਸ਼ ਹੋਣਾ ਉਹ ਕੋਈ ਨੀਂਦ ਥੋੜੀ ਹੈ ਉਹ ਤੇ ਜਿੰਨੀ ਦਿਨ ਉਹਦਾ ਇਫੈਕਟ ਰਿਹਾ ਤੁਸੀਂ ਉਹ ਰਹਿ ਗਏ ਜਦੋਂ ਤੁਹਾਡੀ ਮੋਟਰ ਐਕਟੀਵਿਟੀ ਦੁਬਾਰਾ ਜਾਗ ਗਈ ਤੁਹਾਨੂੰ ਰੈਸਟਲੈਸਨੈਸ ਬਚੈਨੀ ਹੋ ਗਈ ਤੁਸੀਂ ਆਪਣੇ ਬੈੱਡ ਤੋਂ ਲੇਟ ਨਹੀਂ ਸਕਦੇ ਤੁਸੀਂ ਉੱਠ ਕੇ ਪਾਸੇ ਮਾਰ ਰਹੇ ਹੋ ਐਂਡ ਜਦੋਂ ਹੋਸ਼ ਆਈ ਤੁਸੀਂ ਚਾਹੁੰਦੇ ਹੋ ਫਿਰ ਮੈਂ बेहोश ਹੋ ਜਾ ਸੋ ਅਸੀਂ ਪਿਓਸ਼ੀ ਵਾਸਤੇ ਪੀਨੇ ਆ ਠੀਕ ਹੈ ਡਾਕਟਰ ਸਾਹਿਬ ਕਿ ਨੀਂਦ ਵਾਸਤੇ ਪੀਨੇ ਆ ਨਾ ਤੇ ਅਸੀਂ ਨੀਂਦਾਂ ਹੀ ਲੈਨੇ ਆ ਬਟ ਇਨਫੈਕਟ ਸਾਡੀ ਬਚੈਨੀ ਹੁੰਦੀ ਹੈ ਜਿਹੜੀ ਸਾਨੂੰ ਇਨਫੈਕਟ ਇਹਨਾਂ ਸਾਰੀਆਂ ਚੀਜ਼ਾਂ ਦੇ ਪਿੱਛੇ ਨਾ ਬਚੈਨੀ ਹੈ ਪੈਨ ਦੇ ਪਿੱਛੇ ਵੀ ਬਚੈਨੀ ਹੈ ਫੀਅਰ ਦੇ ਪਿੱਛੇ ਵੀ ਬਚੈਨੀ ਹੈ ਅ ਨੀਂਦ ਦੇ ਪਿੱਛੇ ਵੀ ਬਚੈਨੀ ਹੈ ਸਾਨੂੰ ਇਹ ਨਹੀਂ ਡਰ ਲੱਗਦਾ ਪਰ ਨੀਂਦ ਨਹੀਂ ਆਏਗੀ ਅੱਛਾ ਜੇ ਨੀਂਦ ਨਹੀਂ ਆਏਗੀ ਬਾਕੀ ਸਾਰੇ ਸੁੱਤੇ ਹੋਣਗੇ ਤੇ ਮੈਨੂੰ ਫਿਰ ਜਿਹੜੀ ਬਚੈਨੀ ਹੋਏਗੀ ਮੈਂ ਫਿਰ ਉਹਦਾ ਕੀ ਕਰਾਂਗਾ ਮੇਨ ਪ੍ਰੋਬਲਮ ਇੱਥੇ ਇੱਥੋਂ ਸਰਕਲ ਸਾਰੀਆਂ ਚੀਜ਼ਾਂ ਦੇ ਪਿੱਛੇ ਹਾਂਜੀ ਹਾਂ ਵੀ ਕਾਂਟ ਫੇਸ ਐਂਗਜ਼ਾਇਟੀ ਕਹਿੰਦੇ ਮਾਡਲ ਨੇ ਬੋਲਾ ਥਾ ਕਿ ਇਹ ਮੀਟਿੰਗ वो थी न्यूफ्रॉइडियन उसने बोला था कि सब सब कुछ एंटाइटी के बारे में है ही एक बेचैनी एक ऐसी चीज़ है जो वैसे ही बंदे को नाम लेने से ही बेचैनी हो जाती है बेचैनी एक ऐसी चीज़ है जो वन वन डजेंट वॉन्ट टू फेस बेचैनी एक इमोशन है है ना तो जो असि तो डरते हैं ना ये इमोशन हो जाती है ਫੀਅਰ ਤਾਂ ਕੀ ਹੈ ਜਿੰਨੀ ਤੁਸੀਂ ਫੀਅਰ ਨੂੰ ਮਤਲਬ ਡਰੋਗੇ ਉਹਨਾ ਫੀਅਰ ਵੱਧਾ ਜਾਏਗਾ ਤੇ ਜਦੋਂ ਤੁਸੀਂ ਫੀਅਰ ਨੂੰ ਫੇਸ ਕਰਦੇ ਹੋ ਤਾਂ ਫੀਅਰ ਜਿਹੜਾ ਉਹ ਘਟਣਾ ਸ਼ੁਰੂ ਹੋ ਜਾਂਦਾ ਹੁਣ ਜਿੰਨੇ ਵੀ ਸਾਡੇ ਟ੍ਰੀਟਮੈਂਟ ਬਣੇ ਹੈ ਨਾ OCD ਦੇ ਟ੍ਰੀਟਮੈਂਟ Obsessive Compulsive Disorder ਉਹਦੇ ਚ ਫੀਅਰ ਹੀ ਹੁੰਦਾ ਨਾ ਬੰਦੇ ਨੂੰ ਲੱਗਦਾ ਕਿ ਕਿਤੇ ਇਹ ਨਾ ਹੋਏ ਕਿ ਆ ਚੀਜ਼ ਇਸ ਤਰ੍ਹਾਂ ਨਾ ਹੋ ਜੇ ਉਹ ਫਿਰ ਬੰਦਾ ਦੁਬਾਰਾ ਰਿਪੀਟ ਕਰਦਾ ਫਿਰ ਇੱਕ ਵਾਰੀ ਫੇਰ ਰਿਪੀਟ ਕਰਦਾ ਹੁਣ ਕਿਸੇ ਨੂੰ ਪਤਾ ਲੱਗ ਗਿਆ ਕਿ ਐਚਾ ਮੈਂ ਹੱਥੋਂ ਆਂਗਾ ਤੇ ਸ਼ਾਇਦ ਹੱਥ ਗੰਦੇ ਨਾ ਹੋਣ ਇੱਕ ਵਾਰੀ ਫੇਰ ਧੋਲੇ ਫਿਰ ਉਹਨਾਂ ਲੱਗੇਗਾ ਨਹੀਂ ਹਾਲੇ ਸਪਾ ਨਹੀਂ ਹੋਏ ਫਿਰ ਇੱਕ ਵਾਰੀ ਫਿਰ ਸਾਬਣ ਲਾ ਲਿਆ ਫਿਰ ਇੱਕ ਵਾਰੀ ਫਿਰ ਲੱਗੇਗਾ ਹੁਣ ਇਹ ਪੇਸ਼ੈਂਟ ਐਮਰਜੈਂਸੀ ਆਈ ਏ ਸੋ ਉਹਨੇ ਐਸ ਐਕਸਟੈਂਡ ਤੱਕ ਆਪਣਾ ਕਰ ਲਿਆ ਕਿ ਉਹਦੇ ਮਤਲਬ ਫਿਟ ਜਿਹੜੇ ਆ ਉਹ ਦੇਖਣ ਵਾਲੇ ਆ ਜਿਹੜਾ ਹੁਣ ਐਮਰਜੈਂਸੀ ਆਈ ਏ ਉਹਨੂੰ ਫਿਟ ਵੀ ਪੈ ਗਿਆ ਹੀ ਹੈ ਡ ਐਪੀਲੈਪਟਿਕ ਫਿਟ ਹਾਫ ਐਨ ਆਰ ਬਿਫੋਰ ਜਸਟ ਬਿਕੋਜ਼ ਆਫ ਥਿਸ او ਸੀ ਡੀ ਸੋ او ਸੀ ਡੀ ਕਾਫੀ ਵੱਡੀ ਚੀਜ਼ ਹੈ ਐਂਡ ਥੋੜਾ ਬੋਤਾ او ਸੀ ਡੀ ਦਾ ਪਾਰਟ ਸਾਡੇ ਸਾਰਿਆਂ ਚ ਹੀ ਹੈ ਨੀਟਲੈਸ ਰੱਖਣੀ ਕਲੀਨਲੈਸ ਰੱਖਣੀ ਚਾਦਰ ਨੂੰ ਠੀਕ ਕਰਦੇ ਰਹਿਣਾ ਪਿੱਲੋ ਨੂੰ ਠੀਕ ਕਰਦੇ ਰਹਿਣਾ ਲਾਈਟ ਐਡਜਸਟ ਕਰਦੇ ਰਹਿਣਾ ਫਿਰ ਬਾਥਰੂਮ 'ਚ ਚੀਜ਼ਾਂ ਨੂੰ ਆਰਡਰਲੀ ਲਗਾਉਂਦੇ ਰਹਿਣਾ ਆਪਣੀਆਂ ਕੱਪੜਿਆਂ ਨੂੰ ਉੱਪਰ ਥੱਲੇ نیچے ਕਰਦੇ ਰਹਿਣਾ ਕਲਰਸ ਨੂੰ ਆਪਣੇ ਆਪ ਨਾਲ ਜੋੜਦੇ ਰਹਿਣਾ ਉਹਦੇ ਨਾਲ ਹੁੰਦਾ ਕੀ ਹੈ ਕਿ ਬੰਦਾ ਇੰਨਾ ਉਹਨਾਂ ਚੀਜ਼ਾਂ 'ਚ ਇਨਵੋਲਡ ਹੋ ਜਾਂਦਾ ਹੈ ਕਿ ਨੈਕਸਟ ਜਿਹੜਾ ਅਜੰਡਾ ਹੁੰਦਾ ਨਾ ਉਹ ਖਰਾਬ ਹੋ ਜਾਂਦਾ ਨੈਕਸਟ ਥਿੰਗ ਔਨ ਦਾ ਅਜੰਡਾ ਜਿਹੜਾ ਹੁੰਦਾ ਰਿਹਾ ਇਸ ਤੋਂ ਬਾਅਦ ਮੈਂ ਕਰੂੰਗਾ ਸਪੋਜ਼ ਕਰੋ ਮੈਂ ਰੋਟੀ ਬਣਾਣੀ ਹੈ ਹੈਨਾ ਜਸਪੋਜ਼ ਕਰੋ ਮੈਂ ਰੋਟੀ ਖਾਣੀ ਹੈ ਮੇਰਾ ਨੈਕਸਟ ਅਜੰਡਾ ਰੋਟੀ ਖਾਣਾ ਹੈ ਮੇਰਾ ਅਜੰਡਾ ਮਿਸ ਹੋ ਜਾਏਗਾ ਅੱਛਾ ਜਦੋਂ ਅਜੰਡਾ ਮਿਸ ਹੋਏਗਾ ਫਿਰ ਤੁਹਾਨੂੰ ਬੇਚੈਨੀ ਹੋਰ ਹੋ ਜ਼ਿਆਦਾ ਹੋਏਗੀ ਉਹਦੇ ਨਾਲ ਤੁਹਾਡਾ ਆਬਸੈਸ਼ਨ ਹੋਰ ਵਧੇਗਾ ਸੋ ਇਸ ਤਰ੍ਹਾਂ ਸਰਕਲ ਜਿਹੜਾ ਹੈ ਨਾ ਮਤਲਬ ਹੁਣ ਤੁਸੀਂ ਦੇਖੋ ਨਾ ਇੱਕ ਕੰਮ ਕਰਨਾ ਹੈ ਤੁਸੀਂ ਸੋਚਦੇ ਪਏ ਹੋ ਕਿ ਭਈ ਡਾਕਟਰ ਸਾਹਿਬ ਜਿਵੇਂ ਪੇਸ਼ੈਂਟ ਦੇਖਣਾ ਹੈ ਹੁਣ ਮੇਨ ਅਜੰਡਾ ਕੀ ਹੈ ਪੇਸ਼ੈਂਟ ਦੇਖਣਾ ਹੁਣ ਜੇ ਡਾਕਟਰ ਸਾਹਿਬ ਨੂੰ ਇਹ ਯਕੀਨ ਨਾ ਹੋ ਜੇ ਕਿ ਮੇਰੇ ਹੱਥ ਨਹੀਂ ਠੀਕ ਬੇਰਾ ਨਹੀਂ ਠੀਕ ਮੈਂ ਸ਼ਾਇਦ ਆਪਣੀ ਉਹਤ ਨਹੀਂ ਚੀਜ਼ ਭੁੱਲ ਗਿਆ ਸ਼ਾਇਦ ਮੈਂ ਆਪਣੀਆਂ ਇਹ ਚੀਜ਼ਾਂ ਉਹ ਫਿਰ بار-बार ਜਾ ਕੇ ਚੈੱਕ ਕਰਨਾ ਸ਼ੁਰੂ ਕਰ ਦੇਗਾ ਤੇ ਜਿਹੜਾ ਏਜੰਡਾ ਮਿਸ ਹੋਏਗਾ ਪੇਸ਼ੈਂਟ ਦੇਖਣਾ ਤੇ ਜਦੋਂ ਆਪਾਂ ਪੇਸ਼ੈਂਟ ਨਹੀਂ ਦੇਖਾਂਗੇ ਬੇਚੈਨੀ ਵਧੇਗੀ ਸੋ ਇਹਦਾ ਮਤਲਬ ਹੈ ਕਿ ਜਿਹੜੀ ਚੀਜ਼ ਤੁਸੀਂ ਕਰਨੀ ਹੈ ਜਦੋਂ ਉਹ ਮਿਸ ਹੁੰਦੀ ਹੈ ਨਾ ਉਹਦੇ ਨਾਲ ਰਿਬਾਉਂਡ ਏਜੰਡਾ ਜਿਹੜਾ ਬੇਚੈਨੀ ਆਂਦੀ ਹੈ ਉਹ ਬੇਚੈਨੀ ਫਿਰ ਤੁਹਾਨੂੰ ਉਹ ਕੰਮ ਬਿਲਕੁਲ ਨਹੀਂ ਕਰਨ ਦਿੰਦੀ ਜਿਹੜਾ ਕਿ ਤੁਸੀਂ ਨੈਕਸਟ ਏਜੰਡਾ ਹੁੰਦਾ ਇਸ ਤਰ੍ਹਾਂ ਹੀ ਕਰਕੇ ਤੁਸੀਂ ਫਿਰ ਪ੍ਰੋਕਾਸਟੀਨੇਟ ਕਰੀ ਜਾਂਦੇ ਤੁਸੀਂ ਕਹਿੰਦੇ ਚੀਜ਼ਾਂ ਨੂੰ ਅੱਗੇ ਪਾਈ ਜੋ ਕਿਉਂਕਿ ਮੇਨ ਏਜੰਡਾ ਹੁਣ ਕੀ ਬਣ ਗਿਆ ਮੈਮ ਹੁਣ ਤੁਹਾਨੂੰ ਲੱਗਦਾ ਕਿ ਸੈਟੀਸਫੈਕਸ਼ਨ ਹੋਏਗੀ ਤੇ ਮੈਂ ਅੱਗੇ ਜਾਵਾਂਗਾ ਨਾ ਪਰ ਉਹ ਸੈਟੀਸਫੈਕਸ਼ਨ ਹੋਏਗੀ ਕਦੀ ਕਦੀ ਵੀ ਨਹੀਂ ਹੋਏਗੀ ਸੈਟੀਸਫੈਕਸ਼ਨ ਤਾਂ ਹੋਏਗੀ ਨਹੀਂ ਅੱਛਾ ਫਿਰ ਉਹਦੇ ਵਿੱਚ ਨਾ ਸਾਡੀਆਂ ਫੈਮਲੀਆਂ ਬੜੀ ਸਪੋਰਟ ਕਰਦੀਆਂ ਸਾਡੀਆਂ ਫੈਮਲੀਜ਼ ਇਨੇਬਲ ਕਰਦੀਆਂ ਇੱਕ ਉਹ ਤਸੱਲੀਆਂ ਬੜੀਆਂ ਸਾਡੇ ਪੇਸ਼ੈਂਟ ਤਸੱਲੀਆਂ ਮੰਗਦੇ ਉਹ ਤਸੱਲੀਆਂ ਬਹੁਤ ਦਿੰਦੀਆਂ ਕੋਈ ਨਹੀਂ ਇੱਥੇ ਕਰਨਾ ਕਰ ਤੂੰ ਠੀਕ ਹੋ ਜਾਏਗਾ ਹੁਣੇ ਠੀਕ ਹੋ ਜਾਏਗਾ ਹੁਣੇ ਉਤਰ ਜਾਏਗਾ ਦੇਖੀ ਸਹੀ ਤੂੰ ਰਾਤ ਤਸੱਲੀ ਦੇ ਸਲੀ ਮੈਨੂੰ ਨੀਂਦ ਆ ਜਾਏਗੀ ਹਾਂ ਹਾਂ ਤੈਨੂੰ ਪੱਕਾ ਨੀਂਦ ਆ ਜਾਏਗੀ ਮੇਰੇ ਹੱਥ ਸਾਫ਼ ਐ ਹਾਂ ਹਾਂ ਦਿਖਾ ਤੂੰ ਬਿਲਕੁਲ ਸਾਫ਼ ਹੈਗੇ ਮਤਲਬ ਹੁਣ ਉਹ ਪੇਸ਼ੈਂਟ ਜਿੰਨੀ ਵਾਰੀ ਪੁੱਛ ਰਿਹਾ ਮੇਰੇ ਹੱਥ ਸਾਫ਼ ਐ ਤੁਸੀਂ ਓਨੀ ਵਾਰੀ ਉਹਨੂੰ ਤਸੱਲੀ ਦੇ ਰਹੇ ਹੋ ਤੁਸੀਂ ਉਹਦੀ ਬਿਮਾਰੀ ਨੂੰ ਵਧਾ ਰਹੇ ਹੋ ਕਿ ਘਟਾ ਰਹੇ ਹੋ ਬ੍ਰੇਨ ਨੂੰ ਕੀ ਮੈਸੇਜ ਆ ਰਿਹਾ ਕਿ ਤਸੱਲੀ ਇਜ਼ ਅ ਗੁੱਡ ਥਿੰਗ ਥੈਟ ਮੀਨਸ ਬਹੁਤ ਸਾਰੇ ਲੋਕੀ ਤੇ ਆਪਣਾ ਕੰਮਕਾਰ ਸਾਰਾ ਛੱਡ ਦਿੰਦੇ ਸਾਰੀ ਫੈਮਿਲੀ ਕੰਮ ਛੱਡ ਕੇ ਬੈਠੀ ਹੁੰਦੀ ਹੈ ਕੀ ਕਰ ਰਹੇ ਆ ਜੀ ਸਾਡੇ ਪੇਸ਼ੈਂਟ ਦੀ ਤਸੱਲੀ ਦੇ ਰਹੀ ਹੈ ਉਹਨੂੰ ਤਸੱਲੀ ਆ ਜੇ ਕਿਉਂਕਿ ਉਹ ਤਸੱਲੀ ਮੰਗ ਰਿਹਾ ਹੈ ਤੇ ਉਹਨੂੰ ਅਸੀਂ ਤਸੱਲੀ ਦੇ ਰਹੇ ਆ ਸੋ ਸਾਡੀ ਇਨਵੋਲਵਮੈਂਟ ਕੀ ਹੋ ਗਈ ਸਾਡੇ ਪੇਸ਼ੈਂਟ ਦੀ ਅਸੀਂ ਕਿਹੜੀ ਆਧ ਨੂੰ ਰਿਪੋਰਟ ਕਰਤਾ ਤਸੱਲੀ ਮੰਗਨ ਦੀ ਤੇ ਅਸੀਂ ਕਿੱਥੇ ਇਨਵੋਲਵ ਹੋਗੇ ਅੱਛਾ ਕਿੰਨੀ ਦੇਰ ਬਾਅਦ ਤੁਸੀਂ ਠਾਕ ਹੋਵੋਗੇ ਫਿਰ ਥੋੜੇ ਬਾਅਦ 2-4 ਦਿਨ ਹਫਤਾ 10 ਦਿਨ 15 ਦਿਨ ਮਹੀਨਾ 2 ਮਹੀਨੇ ਅਸੀਂ ਇੱਕ ਦਿਨ ਥੱਕ ਜਾਵਾਂਗੇ ਫਿਰ ਥੱਕ ਕੇ ਅਸੀਂ ਕੀ ਕਰਾਂਗੇ ਉਹਨੂੰ ਪਿਆਰ ਕਰਾਂਗੇ ਪ੍ਰੋਵੋਕ ਕਰਾਂਗੇ ਪ੍ਰੋਵੋਕ ਕਰਕੇ ਫਿਰ ਉਹਨੂੰ ਅਸੀਂ ਕੀ ਕਹਾਂਗੇ ਹਾਂ ਫਿਰ ਉਹ ਅਸੀਂ ਮਤ ਉਹਦੀ ਲਾਨਪਾਨ ਕਰਾਂਗੇ ਗੁੱਸਾ ਕਰਾਂਗੇ ਤੂੰ ਸੁਧਰਨਾ ਨਹੀਂ ਤੂੰ ਐ ਤੂੰ ਉਹਦੀ ਪੁੱਛ ਐ ਤੂੰ ਐ ਇੱਕ ਦਿਵੈਮ ਠੀਕ ਨਹੀਂ ਹੁੰਦੇ ਹੁੰਦੇ ਇਹ ਵੈਮ ਮਤਲਬ ਅਸੀਂ ਅਸੀਂ ਕਿਹੜੀਆਂ ਚੀਜ਼ਾਂ ਕਰਾਂਗੇ ਤੂੰ ਕਦੀ ਠੀਕ ਨਹੀਂ ਹੋਣਾ ਤੇ ਇਲਾਜ ਵਾਸਤੇ ਅਸੀਂ ਆਏ ਆ ਟ੍ਰੀਟਮੈਂਟ ਅਸੀਂ ਕਰਾ ਰਹੇ ਆ ਪਰ ਤੂੰ ਠੀਕ ਕਦੀ ਨਹੀਂ ਹੋਣਾ ਤੁਸੀਂ ਦੱਸੋ ਇਹ ਗੱਲ ਕਿੱਥੇ ਮੈਚ ਕਰਦੀ ਹੈ ਕੋਈ ਜੇ ਤੁਹਾਨੂੰ ਇੰਨਾ ਹੀ ਯਕੀਨ ਹੈ ਠੀਕ ਨਹੀਂ ਹੋਣਾ ਫਿਰ ਤੁਸੀਂ ਇਲਾਜ ਹੀ ਨਾ ਕਰਾਓ ਤੇ ਜੇ ਤੁਹਾਨੂੰ ਇਲਾਜ ਤੇ ਯਕੀਨ ਹੈ ਫਿਰ ਤੁਸੀਂ ਇਹ ਨਾ ਕਹੋ ਤੂੰ ਠੀਕ ਨਹੀਂ ਹੋਣਾ ਕਦੀ ਸੋ ਇੱਕ ਦਿਨ ਕਿਤੇ ਨਾ ਸਾਡੀਆਂ ਆਪਣੀਆਂ ਜਿਹੜੀਆਂ ਆਤਾਂ ਹੈ ਨਾ ਜਿਹੜੀਆਂ ਸਾਡੇ ਆਪਣੇ ਅੰਦਰ ਬਿਹੇਵੀਅਰ ਹੈ ਇਹ ਸਾਡੇ ਪੇਸ਼ੈਂਟ ਦੀ ਬਿਮਾਰੀ ਨੂੰ ਬਤਾ ਰਹੀ ਹੈ ਚਾਹੁੰਦੇ ਅਸੀਂ ਇਹ ਆ ਕਿ ਸਾਡੇ ਪੇਸ਼ੈਂਟ ਦੀ ਬਿਮਾਰੀ ਘਟੇ ਪਰ ਜੋ ਅਸੀਂ ਕਰ ਰਹੇ ਹਾਂ ਉਹਦੇ ਨਾਲ ਪੇਸ਼ੈਂਟ ਦੀ ਬਿਮਾਰੀ ਵਧ ਰਹੀ ਹੈ ਪ੍ਰਮੋਟ ਕਰ ਰਹੇ ਹਾਂ ਅਸੀਂ ਬਿਮਾਰੀ ਨੂੰ ਇਨੇਬਲਿੰਗ ਕਰਕੇ ਫਿਰ ਪ੍ਰੋਵੋਕਿੰਗ ਕਰਕੇ ਫਿਰ ਅਸੀਂ ਆਪਣੇ ਆਪ ਵੀ ਉਹਦੇ ਵਿੱਚ ਫਸ ਜਾਂਦੇ ਹਾਂ ਫਿਰ ਸਾਡੇ ਆਪਣੇ ਬੈਮ ਸ਼ੁਰੂ ਹੋ ਜਾਂਦੇ ਆ ਫਿਰ ਸਾਡੇ ਆਪਣੇ ਕਈ ਤਰ੍ਹਾਂ ਦੀਆਂ ਸਿਸਟਮਸ ਹੁੰਦੀਆਂ ਜਿਹੜੇ ਚੱਲ ਪੈਂਦੇ ਸਾਨੂੰ ਬੇਚੈਨੀ ਬੜੀ ਹੁੰਦੀ ਹੈ ਫਿਰ ਸਾਡੇ ਪੇਸ਼ੈਂਟ ਨੂੰ ਦੇਖ ਕੇ ਉਹਨੂੰ ਤੇ ਜਿਹੜੀ ਬੇਚੈਨੀ ਹੁੰਦੀ ਹੁੰਦੀ ਹੈ ਸਾਨੂੰ ਜ਼ਿਆਦਾ ਬੇਚੈਨੀ ਹੋ ਜਾਂਦੀ ਹੈ ਸਾਨੂੰ ਇਹ ਡਰ ਲੱਗ ਰਹਿ ਜਾਂਦਾ ਕਿ ਪੇਸ਼ੈਂਟ ਸਵੇਰ ਆਏਗੀ ਸਵੇਰ ਆਏਗੀ ਫਿਰ ਉਹੀ ਕੰਮ ਕਰੇਗਾ ਫਿਰ ਉਹੀ ਕਹੇਗਾ ਤੇ ਸਾਨੂੰ ਇਹ ਸੋਚ ਕੇ ਬਚਾਈ ਨਹੀਂ ਹੋ ਜਾਂਦੀ ਹੈ ਐਂਡ ਜਦੋਂ ਪੇਸ਼ੈਂਟ ਦੇ ਘਰ ਦੇ ਸੌਂਦੇ ਨਹੀਂ ਨਾ ਆਪਣੀ ਨੀਂਦ ਨਹੀਂ ਪੂਰੀ ਕਰਦੇ ਆਪਣਾ ਖਾਣਾ ਪੀਣਾ ਛੱਡ ਦਿੰਦੇ ਆ ਆਪਣੀਆਂ ਲਾਈਫ ਦੀ ਐਕਟੀਵਿਟੀਜ਼ ਛੱਡ ਦਿੰਦੇ ਆ ਫਿਰ ਕੀ ਹੁੰਦਾ ਹੈ ਕਿ ਪੇਸ਼ੈਂਟ ਦੇ ਘਰਦਿਆਂ ਨੂੰ ਵੀ ਸੇਮ ਸ਼ੈਡੋ ਇਲਨਸ ਆਣੀ ਸ਼ੁਰੂ ਹੋ ਜਾਂਦੀ ਹੈ ਮੈਂ ਬਹੁਤ ਸਾਰੇ ਪੇਸ਼ੈਂਟ ਦੇਖੇ ਜਿਹਦੇ ਇੱਕ ਨੂੰ OCD ਹੋਈ ਨਾ ਉਹਦੇ ਘਰ ਦੇ ਉਹਨੂੰ ਠੀਕ ਕਰਦੇ ਕਰਦੇ ਉਹਨਾਂ 'ਚ ਵੀ OCD ਆ ਗਈ ਜਿਹੜੇ ਆਸ-ਪਾਸ ਚਾਰ ਮੈਂਬਰ ਰਹਿੰਦੇ ਆ ਨਾ ਉਹਨਾਂ 'ਚ ਵੀ ਵਹਿਮ ਤੇ ਵਸਵਸੇ ਆਣੇ ਸ਼ੁਰੂ ਹੋ ਗਏ ਫਿਰ ਉਹ ਵੀ ਨਾਲ ਕਰਨ ਲੱਗ ਪੈਂਦੇ ਆ ਫਿਰ ਉਹ ਸਾਰੀ ਫੈਮਿਲੀ ਸਿਕ ਹੋ ਜਾਂਦੀ ਹੈ ਐਨਲਟੀਮੇਟਲੀ ਟ੍ਰੀਟਮੈਂਟ ਸੀਕਿੰਗ ਬਿਹੇਵੀਅਰ ਖਤਮ ਹੋ ਜਾਂਦਾ ਹੈ ਕਈ ਲੋਕੀ ਫਿਰ ਇਹਨੂੰ ਧਾਰਮਿਕ ਜਾਂ ਕੋਈ ਹੋਲ ਮਤਲਬ ਉਹਦੇ ਐਸ ਤਰ੍ਹਾਂ ਦੇ ਆਪਾਂ ਉਹ ਕਹਿੰਦੇ ਨਾ ਜੀ ਆ ਕਰਨ ਲੱਗ ਪੈਨੇ ਅਜੰਡਾ ਸਾਡਾ ਹੋਰ ਹੀ ਕੁਝ ਹੋ ਜਾਂਦਾ ਥੈਨ ਵੀ ਆਰ ਇਨ ਦੈਟ ਪ੍ਰੋਟੋਕਾਲ ਹਾਂ ਭਈ ਚਲੋ ਪੰਜ ਵਾਰੀ ਮੱਥਾ ਟੇਕੋ ਫਿਰ ਉਹ ਕਹਿੰਦੇ ਜੀ ਇਹ ਬਾਥਰੂਮ ਠੀਕ ਕਰਾਓ ਕਹਿੰਦੇ ਜੀ ਇਹ ਟਾਈਲ ਨਹੀਂ ਠੀਕ ਹੈਗੀ ਐਂ ਟਾਈਲ ਨੂੰ ਕਢਾਓ ਫਿਰ ਉਹ ਕਹਿੰਦੇ ਨਹੀਂ ਜੀ ਇਹ ਟਾਇਲ ਉੱਚੀ ਨਹੀਂ ਵੀ ਹੋ ਗਈ ਆ। ਵਾਸਤਵ ਸ਼ਾਸਤਰ ਉਹ ਵਾਸਤਵ ਸ਼ਾਸਤਰ ਵਾਲੇ ਫਿਰੋਜ਼ ਦੇ ਉਹਦੇ ਚ ਸੋਨੇ ਚ ਸੁਹਾਗਾ ਬਣ ਜਾਂਦੇ। ਉਹ ਕਹਿੰਦੇ ਨਹੀਂ ਇਹ ਤੇ ਤੁਹਾਡਾ ਬੈੱਡਰੂਮ ਹੀ ਗਲਤ ਪੈ ਗਿਆ ਤਾਂ ਹੀ ਤੁਹਾਡਾ ਸਾਰਾ ਪ੍ਰੋਬਲਮ। ਵਿਦ ਸੇਰੋਟੋਨਿਨ ਰੀਅਪਟੇਕ ਦੀ ਬਿਮਾਰੀ। ਕਿੱਥੇ ਸੇਰੋਟੋਨਿਨ ਦੀ ਬਿਮਾਰੀ? ਕਿੱਥੇ ਵਾਸਤਵ ਸ਼ਾਸਤਰ ਤੁਸੀਂ ਵਿੱਚ ਲਿਆ ਕੇ ਤੇ ਉਹ ਹੁਣ ਬੈੱਡਰੂਮ ਨੂੰ ਤੁਸੀਂ ਕਦੀ ਇੱਧਰ ਕਰਦੇ ਹੋ ਕਦੀ ਤੁਸੀਂ ਇੱਧਰ ਕਰਦੇ ਹੋ। ਤਸੱਲੀ ਫੇਰ ਨਹੀਂ ਕਿਤੇ ਹੁੰਦੀ। ਰਸੋਈ ਗਲਤ ਪਾਸੇ ਤੁਰ ਪਈ ਹੈ। ਰਸੋਈ ਤੋੜਾ ਕੇ ਦੁਬਾਰਾ ਬਣ ਰਹੀ ਹੈ ਜੀ। ਮਤਲਬ ਕਾਫੀ ਹੱਦ ਤੱਕ ਸਾਡੀਆਂ ਪ੍ਰੋਬਲਮਸ ਦੇ ਵਿੱਚ ਅੱਛਾ ਜਦੋਂ ਸਾਨੂੰ ਪੇਸ਼ੈਂਟ ਵਾਸਤੇ ਟ੍ਰੀਟਮੈਂਟ ਦੀ ਲੋੜ ਹੈ ਉਦੋਂ ਸਾਡੇ ਕੋਲ ਫਾਇਰੈਂਸਿਸ ਘੱਟ ਹੁੰਦੇ ਆ ਪਰ ਜਦੋਂ ਅਸੀਂ ਕਿਚਨ ਤੋੜਾਣੀ ਹੈ ਜਦੋਂ ਅਸੀਂ ਦੁਬਾਰਾ ਤੋਂ ਕੋਠੀ ਬਣਾਉਣੀ ਹੈ ਮੈਂ ਤਾਂ ਇਹੋ ਜੇ ਪੇਸ਼ੈਂਟ ਵੀ ਦੇਖਿਆ ਜੀ ਪਹਿਲਾਂ ਪਿੰਡ ਪਿੰਡ ਆਏ ਪਿੰਡ ਤੋਂ ਬਾਅਦ ਆ ਕੇ ਛਾਟੇ ਕੋਠੀ ਬਣਾਈ ਛਾਟੇ ਵਾਲੀ ਕੋਠੀ ਤਾਂ ਛੱਡੀ ਕਿਉਂਕਿ ਉੱਥੇ ਉਹ ਜਿਹੜਾ ਉਹ ਪ੍ਰੋਬਲਮ ਠੀਕ ਨਹੀਂ ਉਹ ਵਾਸਤਵ ਸ਼ਾਸਤਰ ਦੇ ਹਿਸਾਬ ਨਾਲ ਨਹੀਂ ਸੀ ਬਣੀ ਹੋਈ ਫਿਰ ਉਹਦੇ ਜਗ੍ਹਾ ਤੇ ਇੱਕ ਹੋਰ ਪਲਾਟ ਲੈ ਕੇ ਉੱਥੇ ਕੋਠੀ ਬਣਾਈ ਤਾਂ ਕਿ ਹੁਣ ਜਿਹੜੀ ਕੋਠੀ ਬਣੇਗੀ ਉਹ ਉਹਦੀ ਇਨਸਟ੍ਰਕਸ਼ਨ ਸੀ ਮੈਨੂੰ ਇਹ ਦੱਸੋ ਕਿ ਇਹਦੇ ਨਾਲ ਸਾਡੇ ਵਹਿਮ ਠੀਕ ਹੋ ਜਾਣਗੇ ਹਾਂਜੀ ਨਹੀਂ ਉਹ ਮੈਨੂੰ ਨਹੀਂ ਪਤਾ ਬਟ ਮੈਨੂੰ ਇਸ ਤੋਂ ਜ਼ਿਆਦਾ ਨਹੀਂ ਪਤਾ ਹੈਗਾ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਬਹੁਤ ਸਾਰੇ ਪੇਸ਼ੈਂਟ ਦੇਖਣਾ ਜਿਨ੍ਹਾਂ ਨੇ ਆਪਣੇ ਨੱਕ ਦਾ ਆਪਰੇਸ਼ਨ ਚਾਰ-ਚਾਰ ਵਾਰੀ ਕਰਾਇਆ ਹੋਇਆ ਬਹੁਤ ਸਾਰੇ ਇਹੋ ਜਿਹੇ ਪੇਸ਼ੈਂਟ ਹੈ ਜਿਹੜੇ ਚਾਹੁੰਦੇ ਆ ਕਿ ਸਾਡੇ ਵਾਲ ਇਥੋਂ ਜ਼ਿਆਦਾ ਹੋਣੀ ਚਾਹੀਦੀ ਐ ਇੱਥੇ ਜ਼ਿਆਦਾ ਤੇ ਇਥੋਂ ਘੱਟ ਅੱਖਾਂ ਇੱਕ ਛੋਟੀ ਇੱਕ ਵੱਡੀ ਹੋਣੀ ਚਾਹੀਦੀ ਐ ਮਤਲਬ ਇੱਕੋ ਜਿਹੀ ਹੋਣੀ ਚਾਹੀਦੀ ਐ ਫਿਰ ਇਹ ਐ ਕਿ ਅੱਜ ਕੱਲ ਤੇ ਉਹ ਵੀ ਹੈਗਾ ਕਿ ਮੇਰਾ ਕਣਕ ਪਿੰਨਾ ਰੰਗ ਹੈ ਬਰਾਊਨ ਰੰਗ ਹੈ ਇਹ ਵਾਈਟਿਸ਼ ਚ ਥੋੜਾ ਜਿਹਾ ਹੋਰ ਹੋਏ ਤੇ ਫਿਰ ਹੋਣਾ ਚਾਹੀਦਾ ਸਰ ਜੀ ਤੁਹਾਡਾ ਜਿਹੜਾ ਬੇਟਾ ਨਾ ਉਹ ਤੁਹਾਡੇ ਕੋਲ ਟਰੀਟਮੈਂਟ ਕਰਾਇਆ ਉਹਨੇ ਤੇ ਉਹਨੂੰ ਸਿਜ਼ੋਫਰੀਮੀਆਂ ਦੀ ਪ੍ਰੋਬਲਮ ਆ ਜੀ ਉਹ ਇੰਨੀ ਕਿ ਜ਼ਿਆਦਾ ਵਾ ਵੀ ਉਹ ਆਪਣੀ ਵਾਈਫ ਨੂੰ ਮਤਲਬ ਜਿੱਦਾਂ ਘਰੋਂ ਜਾਂਦਾ ਨਾ ਉਹਨੂੰ ਅੰਦਰ ਬੰਦ ਕਰਕੇ ਚੱਲ ਜਾਂਦਾ ਆਪਣੀ ਵਾਈਫ ਨੂੰ ਤੇ ਮਦਰ ਨੂੰ ਹੁਣ ਮੈਂ ਥੋੜੇ ਦਿਨ ਹੋਏ ਉਦੋਂ ਉਹਨੂੰ ਮਿਲਣ ਗਿਆ ਸੀ ਮੈਂ ਉਹਨੂੰ ਦੱਸਿਆ ਵੀ ਮੈਂ ਹਾਂ ਵੀ ਜੇ ਤੈਨੂੰ ਜਿਆਦਾ ਹੀ ਪ੍ਰੋਬਲਮ ਤੇ ਆ ਜਾ ਤੂੰ ਕੋਈ ਮੈਡੀਸਨ ਲੈ ਲੈ ਤੈਨੂੰ ਪਰ ਉਹ ਇਹ ਚੀਜ਼ ਮੰਨਦਾ ਹੀ ਨਹੀਂ ਪਤਾ ਹੈ ਸਭ ਤੋਂ ਵੱਡਾ ਡੈਡਲੀ ਸੀਰੀਅਸ ਹੁੰਦਾ ਹੈ ਕਿ ਤੁਸੀਂ ਪਹਿਲਾਂ ਆਪਣੇ ਮਤਲਬ ਕਿਸੇ ਨਾ ਕਿਸੇ ਨਾ ਮੈਦ ਦੇਖਿਆ ਹਾਈਟ ਵਧਾਣ ਵਾਲੇ ਵੀ ਡਾਕਟਰ ਮਤਲਬ ਕਲੇਮ ਕਰਦੇ ਆ ਤੇ ਹੁੰਦਾ ਕਿ ਇਹ ਕਿ ਪੇਸ਼ੈਂਟ ਆਪਣੀ ਜਾ ਕੇ ਨਾ ਉਰ ਕਾਸਮੈਟਿਕ ਸਰਜਰੀ ਕਰਾਂਦਾ ਹੈ ਹੈਨਾ ਤੇ ਕਾਸਮੈਟਿਕ ਸਰਜਰੀ ਕਰਾ ਕੇ ਕਿਸੇ ਨੇ ਆਪਣੀ ਚਿਹਨ ਉੱਪਰ ਕਰਾ ਲਈ ਕਿਸੇ ਨੇ ਹਥੋਂ ਕਰਾ ਲਿਆ ਅੱਛਾ ਉਹ ਬੋਟੌਕਸ ਕਰਾ ਲਿਆ ਅੱਜ ਕੱਲ کافی ਕੁਝ ਆਉਂਦਾ ਹੈ ਹੈਨਾ ਤੁਸੀਂ ਕਰਾ ਲੈਂਦੇ ਹੋ ਫਿਰ ਤੁਹਾਡੀ ਨਾ ਤੁਈ ਇਧਰ ਜੋਗੇ ਰਹਿੰਦੇ ਹੋ ਨਾ ਉੱਤਰ ਜੋਗੇ ਤੁਹਾਡੀ origignal ਸ਼ਰਤ ਮਤਲਬ ਉਹ ਖਰਾਬ ਹੋ ਗਿਆ ਅੱਛਾ ਜਿੱਥੇ ਤੁਸੀਂ ਪਹੁੰਚਣਾ ਸੀ ਤੁਸੀਂ ਉੱਥੇ ਪਹੁੰਚੇ ਨਹੀਂ ਹੁਣ ਤੁਸੀਂ ਆ ਗਏ ਵਿਚ ਵਿਚਾਲਿਕ ਤੇ ਅੜ ਗਏ ਹੁਣ ਤੁਹਾਨੂੰ ਆਪਣੀ ਸ਼ਕਲ ਦੇਖ ਕੇ ਜਿੰਨਾ ਡਰ ਲੱਗਦਾ ਨਾ ਮਤਲਬ ਮੈਂ ਪੇਸ਼ੂਨ ਜਾਣਦਾ ਜਿਹੜੇ ਆਪਣੇ ਸ਼ੀਸ਼ੇ ਸਾਹਮਣੇ ਉਹਨਾਂ ਨੂੰ ਦੇਖਣਾ ਤੇ ਉਹਨਾਂ ਨੂੰ ਪੈਨਿਕ ਆ ਜਾਂਦਾ ਕਿਉਂ ਕਿਉਂਕਿ ਉਹਨਾਂ ਪਹਿਲੀ ਵਾਲੀ ਸ਼ਕਲ ਵੀ ਨਹੀਂ ਲੱਭਦੀ ਜਿਹੜੀ ਤੁਹਾਡੀ origignal ਸੀਗੀ ਤੇ ਜਿਹੜੀ ਤੁਸੀਂ ਡ੍ਰੀਮ ਗਰਲ ਮਤਲਬ ਸੋਚਿਆ ਹੋਇਆ ਸੀਗਾ ਉਹ ਤੇ ਪਹੁੰਚਣੀ ਨਹੀਂ ਸੀਗੀ ਉਹਨੂੰ ਜਿਹੜੀ ਵਿਚਕਾਰ ਵਾਲੀ ਸ਼ਕਲ ਹੈ ਉਹਨੂੰ ਦੇਖ ਕੇ ਤੇ ਉਹਨਾਂ ਨੂੰ ਡਰ ਲੱਗਦਾ ਮਤਲਬ ਡਰ ਲੱਗਦਾ ਸਰ ਪੈਨਿਕ ਪੈਨਿਕ ਲੱਗਦਾ ਸੋ ਯੂ ਸੀ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਸਾਡੀਆਂ ਆਬਸੈਸ਼ਨਸ ਨਾਲ ਜੁੜੀਆਂ ਨੇ ਹੁਣ ਮੈਨੂੰ ਦੱਸੋ ਕਿ ਥਾਟਸ ਇਹਨਾਂ ਚੀਜ਼ਾਂ ਨਾਲ ਇਹਨਾਂ ਹੱਥ ਕੱਡਿਆਂ ਨਾਲ ਸੋਚਾਂ ਘਟ ਜਾਣਗੀਆਂ ਕਿ ਵਧ ਜਾਣਗੀਆਂ ਵਧ ਜਾਣਗੀਆਂ ਹੁਣ ਉਹਨੂੰ ਸੋਚਾਂ ਕੀ ਆ ਰਹੀਆਂ ਯਾਰ ਇਸ ਤੋਂ ਪਹਿਲਾਂ ਤਾਂ ਮੈਂ ਪਹਿਲਾਂ ਵਾਲੀ ਚੰਗਾ ਸੀ ਡਾਕਟਰ ਸਾਹਿਬ ਮੈਨੂੰ ਪਹਿਲਾਂ ਵਾਲੀ ਸ਼ਕਲ ਬਣਾ ਦਿਓ ਹੁਣ ਡਾਕਟਰ ਸਾਹਿਬ ਬਣਾ ਸਕਦੇ ਪਹਿਲੀ ਵਾਲੀ ਸ਼ਕਲ ਮਾਈਕਲ ਜੈਕਸਨ ਨਾਲ ਸੇਮ ਹੋਇਆ ਮਾਈਕਲ ਜੈਕਸਨ ਨਾਲ ਸੇਮ ਹੋਇਆ ਹੀ ਵਾਸ ਅ ਕੇਸ ਆਫ ओसीडी ਹੀ ਵਾਸ ਅ ਕੇਸ ਆਫ ਐਡਿਕਸ਼ਨ ਹੀ ਹੈਡ ਨੰਬਰ ਆਫ ਕਪਲ ਆਫ ਪ੍ਰੋਬਲਮਸ ਹੀ ਹੈਡ ਪਰਸਨੈਲਿਟੀ ਡਿਸਆਰਡਰਸ ਐਂਡ ਅਲਟੀਮੇਟਲੀ ਰਿਜ਼ਲਟਡ ਤੁਹਾਨੂੰ ਪਤਾ ਹੀ ਹੈ ਬਟ ਛੋਟੀ ਮੋਟੀ ਸਾਡੇ ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਇਹ ਚੀਜ਼ਾਂ ਚੱਲਦੀਆਂ ਰਹਦੀਆਂ ਅਸੀਂ ਆਪਣੇ ਆਪ ਨੂੰ ਸਵਾਰਦੇ ਸਜਾਂਦੇ ਐਂਡ ਬਹੁਤਾ ਸਾਡਾ ਰੋਲ ਕੀ ਹੁੰਦਾ ਕਿ ਲੁੱਕ ਕੀ ਸਾਨੂੰ ਕਿਸ ਤਰ੍ਹਾਂ ਐਕਸੈਪਟ ਕਰਨੀ ਹੈ ਇਹਦੇ ਵਿੱਚ ਅਸੀਂ ਕਾਫੀ ਮਤਲਬ ਨਾ ਪਰ ਅਸੀਂ ਕਹਿੰਦੇ ਆ ਕਿ ਸਾਡੇ ਪੇਸ਼ੈਂਟ ਨੇ ਨਸ਼ਾ ਕੀਤਾ ਪਰ ਤੁਸੀਂ ਦੇਖੋ ਜਿਨ੍ਹਾਂ ਨੇ ਨਹੀਂ ਨਸ਼ਾ ਕੀਤਾ ਉਹਨਾਂ ਨੇ ਇਹੋ ਜੇ ਕਈ ਕੰਮ ਕੀਤੇ ਕੋਈ ਮੋਟਾ ਪਤਲਾ ਹੋ ਰਿਹਾ ਕੋਈ ਪਤਲਾ ਮੋਟਾ ਹੋ ਰਿਹਾ ਕੋ ਕੁਝ ਹੋ ਰਿਹਾ ਓਰੀਜਨਲ ਲਾਈਫ ਦੇ ਵਿੱਚ ਹਾਂਜੀ ਮਤਲਬ ਮੈਂ ਚਾਹਤੋ ਵੀ ਆਪਣੇ ਮਲਾਜ਼ਮਾਂ ਦੇ ਬੇਟੇ ਦੇਖੇ ਆ ਉਹਨਾਂ ਨੇ ਆਪਣੇ ਫਾਦਰ ਦਾ ਇੱਥੇ ਟੈਟੂ ਬਣਾਇਆ ਹੋਇਆ ਹੂੰ ਪਰ ਮੈਨੂੰ ਪਤਾ ਨਹੀਂ ਕਿਉਂ ਉਹ ਸਹੀ ਨਹੀਂ ਲੱਗਦਾ ਚਲੋ ਹਰ ਇੱਕ ਦੀ ਆਪਣੀ ਆਪਣੀ ਸੋਚ ਹੈ ਪਰ ਗੱਲ ਇਹ ਹੈ ਕਿ ਜੇ ਜਿਹੜੀ ਚੀਜ਼ ਤੁਹਾਡੇ ਡਿਸਫੰਕਸ਼ਨੈਲਿਟੀ ਕਰਦੀ ਹੈ ਨਾ ਜਿਹੜੀ ਤੁਹਾਨੂੰ ਬਿਮਾਰ ਕਰ ਰਹੀ ਹੈ ਜਿਹੜੀ ਤੁਹਾਨੂੰ ਫੰਕਸ਼ਨੈਲਿਟੀ ਤੋਂ ਖਤਮ ਕਰ ਰਹੀ ਹੈ ਨਾ ਉਹ ਤੁਹਾਡੇ ਵਾਸਤੇ ਪ੍ਰੋਬਲਮ ਹੈ ਜਿਵੇਂ ਟੈਟੂ ਕੇ ਬਾਅਦ ਬੋਡੀ ਤੇ کہیں ਟੈਟੂ ਬਣਾਓਗੇ ਜਹਾ ਪਰ profession atmosphere ਮੇ ਨਾ ਦਿਖੇ ਜਾਂ ਫੇਸ ਤੇ ਬਣਾਨਾ ਉਹ ਥੋੜਾ ਡਿਸਫੰਕਸ਼ਨਲ ਹੋ ਜਾਂਦਾ ਹੈ ਲੇਕਿਨ ਅਗਰ ਆਪ ਟੈਟੂ ਬਣਾ ਰਹੇ ਹੋ ਛੋਟਾ ਸਾ ਕੁਝ ਇਧਰ ਉਹ

ਮੈਂ ਅੱਜ ਵੀ ਸਵੇਰੇ ਗੱਲ ਕਰ ਰਿਹਾ ਸੀ ਕਿ ਜਾਇਜ਼ ਤੇ ਨਜਾਇਜ਼ ਤਰੀਕਿਆਂ ਨਾਲ ਨਜਾਇਜ਼ ਤਰੀਕਿਆਂ ਨਾਲ ਪੌਪੂਲਰ ਹੋਣ ਦੇ ਕਈ ਅ ਐਸਟਰਾਂ ਦੇ ਤਰੀਕੇ ਆਏ ਹੋਏ ਆ ਜੇ ਤੁਸੀਂ ਰੋਜ਼ ਦੇਖਦੇ ਹੋ ਫੇਸਬੁਕ ਤੇ ਇੰਸਟਾ ਤੇ ਲੋਕ ਇਹ ਨਜਾਇਜ਼ ਤਰੀਕਿਆਂ ਦੇ ਨਾਲ ਆਪਣੇ ਆਪ ਨੂੰ ਚੇਂਜ ਕਰਕੇ ਓਬਵੀਅਸਲੀ ਪ੍ਰੋਜੈਕਟ ਕਰਨਾ ਚਾਹੁੰਦੇ ਆ ਲਾਈਕਸ ਕਰਨਾ ਚਾਹੁੰਦੇ ਆ ਫਿਰ ਜੇ ਕਿਸੇ ਨੂੰ ਇੱਕ ਨੂੰ ਕਿਤੇ ਪੌਪੁਲਰਿਟੀ ਮਿਲ ਜਾਂਦੀ ਹੈ ਫਿਰ ਬਾਕੀਆਂ ਦੇ ਵਿੱਚ ਵੀ ਉਹ ਰੇਸ ਤਿਆਰ ਹੋ ਜਾਂਦੀ ਹੈ ਕਿ ਸ਼ਾਇਦ ਮੈਂ ਵੀ ਇਸ ਤਰੀਕੇ ਨਾਲ ਪਪੂਲਰ ਹੋ ਸਕਦਾ ਸਰ ਇੱਕ ਮੈਂ ਕੋਈ ਬੰਦੇ ਦਾ ਨਾਂ ਨਹੀਂ ਲੈਣਾ ਨਾ ਲੈਣਾ ਇੱਥੇ ਇੱਥੇ ਕਹਿੰਦੇ ਨਾ ਇੱਥੇ ਉਹ ਬੰਦੇ ਦਾ ਟੈਟੂ ਬਣਾਇਆ ਕੇ ਪੋਲੀਟਿਕਲ ਬੰਦੇ ਦਾ ਆਪਾਂ ਇਹਨੂੰ ਟੈਟੂ ਵਿੱਚ ਛੱਡਦੀ ਏ ਆਪਾਂ ਆਪਣੀ ਥਿੰਕਿੰਗ ਆਬਸੈਸ਼ਨ ਤੇ ਆ ਜਾਈਏ ਕਿ ਸਾਨੂੰ ਸੋਚਣ ਦੀ ਆਬਸੈਸ਼ਨ ਹੈਗੀ ਹੈ ਐਡਿਕਸ਼ਨ ਹੈਗੀ ਹੈ ਸਾਨੂੰ ਆਪਣੇ ਮੂਡ ਜਿਹੜੇ ਉਹਨਾਂ ਦੀ ਤਸੱਲੀ ਨਹੀਂ ਹੈਗੀ ਅਸੀਂ ਉਹ ਮੂਡ ਲੱਭਦੇ ਪਏ ਆ ਜਿਹੜਾ ਰੀਅਲਿਸਟਿਕਲੀ ਕਿਸੇ ਇਨਸਾਨ ਨੂੰ ਪੋਸੀਬਲ ਨਹੀਂ ਹੈ ਅਸੀਂ ਆਪਣੇ ਲੁੱਕਸ ਨੂੰ ਲੈ ਕੇ ਬਿਮਾਰ ਆਂ ਅਸੀਂ ਆਪਣੇ ਖਾਣ ਪੀਣ ਨੂੰ ਲੈ ਕੇ ਕਨਸਰਨਡ ਨਹੀਂ ਆ ਸਾਨੂੰ ਲੱਗਦਾ ਹੈ ਕਿ ਜਿਹੜਾ ਇਨਸਾਨ ਰਾਤ ਜਾਗ ਕੇ ਕੰਮ ਕਰਦਾ ਉਹ ਅਸਲ ਚ ਬਹਾਦਰ ਇਨਸਾਨ ਹੈ ਸਾਨੂੰ ਲੱਗਦਾ ਹੈ ਕਿ ਤੁਸੀਂ 24 ਘੰਟੇ ਕੰਮ ਕਰੋ ਇੱਕ ਬਹੁਤ ਵੱਡੀ ਕਾਪੀਅਤਾ ਸਾਨੂੰ ਲੱਗਦਾ ਹੈ ਕਿ ਜਿਹੜਾ ਬੰਦਾ ਓਵਰਨਾਈਟ ਰਿਚ ਹੁੰਦਾ ਜਾਂ ਇੱਕਦਮ ਅਮੀਰ ਬਣਦਾ ਉਹ ਬੰਦੇ 'ਚ ਕੋਈ ਖਾਸੀਤ ਆਉਂਦੀ ਹੈ ਬਹੁਤ ਸਾਰੀਆਂ ਚੀਜ਼ਾਂ ਸਾਡੀ ਜ਼ਿੰਦਗੀ 'ਚ ਇਸ ਤਰ੍ਹਾਂ ਦੀਆਂ ਹੁੰਦੀਆਂ ਐਂਡ ਅਸੀਂ ਆਪਣੀ ਲਾਈਫ ਭੁੱਲ ਜਾਂਦੇ ਹਾਂ ਹੈਨਾ ਤੇ ਦੇਖਿਆ ਗਿਆ ਕਿ ਇਹ ਜਿਹੜੀਆਂ ਚੀਜ਼ਾਂ ਨੇ ਬਾਅਦ ਚ ਉਹ ਚੀਜ਼ ਨਹੀਂ ਦਿੰਦੀਆਂ ਮਤਲਬ ਜਿਵੇਂ ਪੈਸਾ ਵੀ ਹੈ ਜਾਂ ਬਹੁਤ ਸਾਰੀਆਂ ਹੋਰ ਚੀਜ਼ਾਂ ਹੈਗੀਆਂ ਉਹ ਤੁਹਾਨੂੰ ਸਗੋਂ ਭੁਲਾ ਦਿੰਦੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਯਾਦ ਰੱਖਣੀਆਂ ਚਾਹੀਦੀਆਂ ਸੋ ਅਸੀਂ ਫਿਰ ਡਿਸਟਰੈਕਟ ਹੋ ਜਾਂਦੇ ਹਾਂ ਇਸ ਕਿਸੇ ਦਾ ਕੋਈ ਤੁਸੀਂ ਡਾਕਟਰ ਸਾਹਿਬ ਕੋਈ ਕੁਐਸਚਨ ਹੈ ਕਿਸੇ ਦਾ ਕਿਉਂ ਨਹੀਂ ਮਤਲਬ ਅਸੀਂ ਨਾ ਪੂਰੀ ਟ੍ਰੀਟਮੈਂਟ ਨੂੰ ਸਮਝਦੇ ਨਹੀਂ ਐ ਜਿਹੜੀ ਤੁਸੀਂ ਗੱਲ ਦੱਸੀ ਹੈ ਕਿ ਹਸਪੀਟਲ ਆਵਾਸਤੇ ਆਉਣ ਨੂੰ ਕੋਈ ਤਿਆਰ ਨਹੀਂ ਹੈਗਾ ਇਹ ਸਾਡੇ ਕੋਲ ਐਵਰੇਜ ਐਡਿਕਸ਼ਨ ਦੇ ਪੇਸ਼ੈਂਟ ਨੂੰ 10 ਸਾਲ ਲੱਗਦੇ ਪਹੁੰਚਣ ਤੇ ਤੇ OCD ਦੇ ਪੇਸ਼ੈਂਟ ਨੂੰ ਪਹੁੰਚਣ ਲੱਗਿਆਂ 15 ਸਾਲ ਲੱਗਦੇ ਆ OCD ਜਦੋਂ ਸਟਾਰਟ ਹੁੰਦੀ ਹੈ ਨਾ ਉਸ ਤੋਂ ਬਾਅਦ ਸਾਡੇ ਕੋਲ ਪਹੁੰਚਣ ਵਾਸਤੇ ਐਵਰੇਜ 15 ਸਾਲ ਲੱਗਦੇ ਆ ਤੇ ਐਡਿਕਸ਼ਨ ਦੇ ਪੇਸ਼ੈਂਟ ਨੂੰ ਸਾਡੇ ਤੱਕ ਪਹੁੰਚਣ ਵਾਸਤੇ 10 ਸਾਲ ਦਾ ਸਫਰ ਲੱਗ ਜਾਂਦਾ ਤੁਸੀਂ ਆਪ ਦੇਖੋ ਕਿ ਇੱਕ ਬੰਦਾ 10 ਸਾਲ ਸਫਰ ਕਰਕੇ ਫਿਰ ਇਸ ਚੀਜ਼ ਦਾ ਮੋੜ ਕਰਦਾ ਹੈ ਕਿ ਮੈਂ ਇਲਾਜ ਕਰਾਵਾਂ ਤੇ ਜੇ ਫਿਰ ਵੀ ਬੰਦਾ ਇਲਾਜ ਤੋਂ ਬਗੈਰ ਵਾਪਸ ਚਲੇ ਜਾਏ ਜਾਂ ਇਲਾਜ ਨਾ ਕਰਾਏ ਜਾਂ ਆਪਣੀ ਕਿਸੇ ক্লোਜ਼ ਮਾਈਂਡਡਨੈਸ ਕਰਕੇ ਕਿਸੇ ਦੀ ਗੱਲ ਨਾ ਸੁਣੇ ਤੇ ਉਹ ਅੰਦਰ ਆਪਣੀ ਉਹ ਗੱਲ ਨਾ ਜਾਣ ਦੇਵੇ ਤੇ ਤੁਸੀਂ ਦੇਖੋ ਪਿੱਨਾ ਨੁਕਸਾਨ ਹੋਏਗਾ ਉਸਨੂੰ